ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਜੀ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਇਸ ਵੇਲੇ ਜੇਕਰ ਆਪਣੀ ਇੰਡਸਟਰੀ ਦੀ ਗੱਲ ਕਰ ਲਈਏ, ਵੀਜ਼ਾ ਰਿਜ਼ਲਟਸ ਦੀ ਗੱਲ ਕਰ ਲਈਏ, UK ਦੀ ਪਰਟੀਕੁਲਰਲੀ ਗੱਲ ਕਰ ਲਈਏ, ਕੋਈ ਵੀ ਰਿਫਿਊਜ਼ਲ ਹਜੇ ਤੱਕ ਦੇਖਣ ਨੂੰ ਨਹੀਂ ਮਿਲੀ ਹੈ। ਸਾਰੇ ਦੇ ਸਾਰੇ ਹੀ ਵੀਜ਼ਾ ਜ਼ਰੇ ਆ ਰਹੇ ਹੈ। ਜਿਹੜਾ ਮੇਨ ਕਾਰਨ ਉਹਦੇ ਬਹੁਤ ਸਾਰੇ ਨੇ, ਬਟ ਮੁੱਖ ਕਾਰਨ ਜਿਹੜਾ ਹੈਗਾ ਵੈ ਜੋ ਦਿਸਦਾ ਪਿਆ ਵੈ ਉਹ ਇਹੀ ਹੈ ਕਿ ਵੀ ਅਕਤੂਬਰ ਮਹੀਨੇ ਦੇ ਵਿੱਚ ਜਿਹੜਾ ਬ੍ਰੈਕਸਿਟ ਤੋਂ ਇਹ ਲੋਕ ਜੁਦੇ ਹੋ ਲੱਗੇ ਨੇ, ਵੱਖਰੇ ਹੋ ਲੱਗੇ ਨੇ, ਡਾਇਵੋਰਸ ਹੋ ਲੱਗਾ ਇਹਨਾਂ ਦਾ। ਸੋ ਇੱਕ ਬਹੁਤ ਵੱਡਾ ਇਹ ਕਹਿ ਲਓ ਕਿ ਵੀ ਇੰਟਰਨੈਸ਼ਨਲ ਸਟੂਡੈਂਟ ਰੈਵਨਿਊ ਜਨਰੇਸ਼ਨ ਦੇ ਵਿੱਚ ਕਿਸੇ ਵੀ ਕੰਟਰੀ ਦੀ ਬਹੁਤ ਵੱਡਾ ਪਾਰਟ ਅਦਾ ਕਰਦਾ ਹੈਗਾ। ਸੋ UK ਨੂੰ ਜੇਕਰ ਆਪਾਂ ਇਹ ਕਹਿ ਲਈਏ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਰਪੋਰੇਟ ਫੰਡਿੰਗ ਵੀ ਚਾਹੀਦੀ ਹੈ, ਬਹੁਤ ਸਾਰੇ ਬਿਜ਼ਨਸਿਸ ਨੂੰ ਅਟਰੈਕਟ ਕਰ ਰਹੇ ਨੇ ਕਿ ਵੀ UK ਦੇ ਵਿੱਚ ਆ ਕਰਕੇ ਫੰਡਿੰਗ ਹੋਵੇ। ਨਾਲ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਯੂਨੀਵਰਸਿਟੀਜ਼ ਜਿਹੜੀਆਂ ਕਿ ਪਿਛਲੇ 7 ਸਾਲ ਤੋਂ ਮਤਲਬ ਇਸ ਤਦਾਦ 'ਤੇ ਆਈਆਂ ਸੀ ਕਿ ਵੀ ਕਈ ਯੂਨੀਵਰਸਿਟੀ ਦੇ ਵਿਕਣ ਦੀ ਤਦਾਦ ਦੇ ਉੱਤੇ ਸੀਗੀ, ਵੀ ਕੁਝ ਪ੍ਰਾਈਵੇਟ ਯੂਨੀਵਰਸਿਟੀਜ਼ ਵੀ ਗਈਆਂ ਅਤੇ ਆਪਾਂ ਵੀ ਇਹ ਚੀਜ਼ ਦੇਈਏ ਤਾਂ ਯਾਰ ਜ਼ਿਆਦਾ ਵਧੀਆ ਵੈ ਕਿ ਵੀ ਖਰਚੇ ਤੱਕ ਨਹੀਂ ਨਿਕਲਦੇ ਪਏ। ਗਵਰਨਮੈਂਟ ਵੱਲੋਂ ਜਿਹੜੀ ਸਪੋਰਟ ਆਉਂਦੀ ਸੀ ਉਹ ਵੀ ਉਹਨਾਂ ਨੇ, ਗਵਰਨਮੈਂਟ ਨੇ ਵੀ ਇੱਕ ਟਾਈਮ ਦੇ ਉੱਤੇ ਕਹਿਤਾ ਸੀ ਆਪਣੇ ਖਰਚੇ ਆਪ ਝੱਲ ਹੁੰਦੇ ਅਤੇ ਕਰ ਲਓ, ਸਾਡੇ ਕੋਲੋਂ ਕੋਈ ਵੀ ਸਪੋਰਟ ਦੀ ਆਸ ਨਾ ਰੱਖਣਾ। ਕੁਝ ਕਾਲਜਿਸ ਹੈਗੇ ਕਿ ਜਿਨ੍ਹਾਂ ਕੋਲ ਬੈਚਲਰ ਡਿਗਰੀ ਮਾਸਟਰ ਡਿਗਰੀ ਸੀ ਉਹ ਵੀ ਇੱਕ ਵਿਕਣ ਦੀ ਤਦਾਦ ਦੇ ਉੱਤੇ ਬੈਠੇ ਸੀ। ਅੱਜ ਸਿਨੈਰੀਓ ਟੋਟਲ ਚੇਂਜ ਹੋ ਗਿਆ ਵੈ। ਅੱਜ ਇਸ ਵੇਲੇ ਇਹ ਜਿਹੜਾ ਕਹਿ ਲਓ ਕਿ ਵੀ ਸਕਸੈਸ ਰੇਟ ਦੀ ਗੱਲ ਕਰ ਲਈਏ, ਆਲਮੋਸਟ 100% ਹੈ। ਕਿਸੇ ਵੀ ਬੰਦੇ ਦੀ ਐਪਲੀਕੇਸ਼ਨ ਰਿਜੈਕਟ ਨਹੀਂ ਹੋ ਰਹੀ ਐਜ਼ ਔਨ ਟੂਡੇ ਸਿਨੈਰੀਓ। ਅੱਜ ਅਕਤੂਬਰ 2019 'ਚ ਬੈਠ ਕਰਕੇ ਇਹ ਗੱਲ ਕਰ ਰਹੇ ਹਾਂ। ਇਹ ਸਿਨੈਰੀਓ ਕੀ ਕਦੀ ਚੇਂਜ ਹੋਏਗਾ? ਹਾਂ ਬਿਲਕੁਲ ਚੇਂਜ ਹੋਏਗਾ। ਯੂਨੀਵਰਸਿਟੀਜ਼ ਦੇ ਨਾਲ ਹਜੇ ਸਿਨੈਰੀਓ ਚੇਂਜ ਹੁੰਦਾ ਅਗਲੇ 6-8 ਮਹੀਨੇ ਦੱਸਦਾ ਨਹੀਂ ਪਿਆ। ਸੋ ਇਸ ਕਰਕੇ ਤੁਸੀਂ ਕੋਈ ਵੀ UK ਜਾਣ ਦੀ ਆਪਣੀ ਜੇਕਰ ਸਲਾਹ ਬਣਾਈ ਹੈ ਜਾਂ ਸੋਚ ਰਹੇ ਹੋ, ਇਹ ਬਿਲਕੁਲ ਰਾਈਟ ਟਾਈਮ ਹੈ। ਜਨਵਰੀ ਇਨਟੇਕ ਵਾਸਤੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਐਂਡ ਅੱਗੇ ਸਕਸੈਸ ਰੇਟ ਨੂੰ ਵੀ ਐਕਸਪੈਕਟ ਵੀ ਕਰ ਸਕਦੇ ਹੋ ਕਿ ਹਾਂ ਮੇਰਾ ਵੀਜ਼ਾ ਲੱਗੇਗਾ। ਇਸ ਵੇਲੇ ਇੰਟਰਨਲ ਤੁਹਾਨੂੰ ਇਨਫੋਰਮੇਸ਼ਨ ਦੇਣਾ ਵਾ, ਇਸ ਵੇਲੇ ਜਿੰਨੇ ਵੀ ਲਾਈਸੈਂਸਿਸ, ਜਿੰਨੇ ਵੀ ਯੂਨੀਵਰਸਿਟੀਜ਼ ਜਾਂ ਕਾਲਜਿਸ ਜਿਹੜੇ Tier 4 ਲਿਸਟ ਦੇ ਵਿੱਚ ਹੈ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੂੰ ਬੁਲਾ ਸਕਦੇ ਆ, ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਹੈ। ਉਹ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ 90% ਦਾ ਸਕਸੈਸ ਰੇਟ ਤੁਸੀਂ ਮੇਨਟੇਨ ਕਰਕੇ ਰੱਖਣਾ ਹੈ। ਦੁਬਾਰਾ ਬੋਲਦਾ ਕਿ ਵੀ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਆਈ ਹੈ UK ਬਾਰਡਰ ਏਜੰਸੀ ਤੋਂ ਕਿ ਵੀ 90% ਦਾ ਸਕਸੈਸ ਰੇਟ ਤੁਸੀਂ ਮੇਨਟੇਨ ਕਰਕੇ ਰੱਖਣਾ ਹੈ। ਦੈਟ ਮੀਨਸ ਜੇ ਇੱਕ ਯੂਨੀਵਰਸਿਟੀ ਨੇ 100 ਕੈਸ ਇਸ਼ੂ ਕੀਤਾ ਹੈ ਅਤੇ ਉਹ 'ਚੋਂ 90 ਵੀਜ਼ੇ ਲੱਗਣੇ ਚਾਹੀਦੇ ਹੈ। ਜੇਕਰ 90 ਵੀਜ਼ੇ ਨਹੀਂ ਲੱਗਣਗੇ ਤਾਂ ਉਹਨਾਂ ਦਾ ਲਾਈਸੈਂਸ ਵੀ ਸਟੇਕ 'ਤੇ ਆ ਸਕਦਾ ਵੈ। ਸੋ ਯੂਨੀਵਰਸਿਟੀਜ਼ ਵੀ ਬਹੁਤ ਜ਼ਿਆਦਾ ਅਲਰਟ ਵੀ ਨੇ, ਕੋਈ ਵੀ ਇੱਦਾਂ ਦੀ ਗਲਤੀ ਜਾਂ ਕੋਈ ਵੀ ਇੱਦਾਂ ਦੀ ਐਪਲੀਕੇਸ਼ਨ ਨਹੀਂ ਐਕਸੈਪਟ ਕਰਦੇ ਕਿ ਜੇ 'ਚ ਉਹਨਾਂ ਨੂੰ ਲੱਗਦਾ ਕਿ ਵੀ ਵੀਜ਼ਾ ਨਹੀਂ ਆਉਣਾ। Tier 4 ਜਦੋਂ ਸ਼ੁਰੂ ਹੋਇਆ ਸੀ 6 April 2009 ਨੂੰ, ਉਦੋਂ ਵੀ ਦੱਸਿਆ ਸੀ ਉਸ ਜ਼ਮਾਨੇ ਦੇ ਵਿੱਚ, ਅੱਜ ਤੋਂ 10 ਸਾਲ ਪਹਿਲੇ ਦੀ ਗੱਲ ਦੱਸ ਰਿਹਾ, ਕਿ 40 ਪੁਆਇੰਟ ਚਾਹੀਦੇ ਆ ਜੀ, 30 ਪੁਆਇੰਟ ਤੁਹਾਡੇ ਕੋਲ ਕੈਸ਼ ਆ ਗਿਆ ਅਤੇ 10 ਪੁਆਇੰਟ ਤੁਹਾਡੇ ਕੋਲ ਜੇਕਰ ਫੰਡਸ ਹੈਗੇ ਆ ਅਤੇ 28 ਦਿਨ ਪੁਰਾਣੇ, ਉਸ ਟਾਈਮ 'ਤੇ 1 ਦਿਨ ਪੁਰਾਣੇ ਹੁੰਦੇ ਸੀ ਜਦੋਂ ਸ਼ੁਰੂ ਹੋਇਆ ਸੀ। ਸੋ ਜੇ 40 ਪੁਆਇੰਟ ਹੈ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੋਣਾ। ਅੱਜ ਉਹ ਸਮਾਂ 10 ਸਾਲ ਬਾਅਦ ਫਿਰ ਹੈ ਕਿ ਜੇ 40 ਪੁਆਇੰਟ ਹੈਗੇ ਆ ਅਤੇ ਵੀਜ਼ਾ ਦੇ ਜਿਹੜੇ ਰਿਜੈਕਸ਼ਨ ਹੈਗੀ ਹੈ ਉਹ ਨਹੀਂ ਹੋਣੀ। ਜੇਕਰ ਉਹ ਕੋਈ ਪੁਰਾਣੀ ਟਰੈਵਲ ਹਿਸਟਰੀ ਹੈਗੀ ਹੈ, ਕੋਈ ਤੁਹਾਡੇ ਪੁਰਾਣੇ ਬੈਨ ਲੱਗਾ ਹੋਇਆ ਵੈ, ਜਾਂ ਤੁਹਾਡਾ ਜਿਹੜਾ ਵੈ ਕਿ ਵੀ ਕਹਿ ਲਓ ਕੋਈ ਜਿਹੜੇ ਫੰਡਸ ਤੁਸੀਂ ਸ਼ੋਅ ਕਰ ਰਹੇ ਹੋ ਉਹਦੇ 'ਚ ਕੋਈ ਕਮੀ ਹੈ, ਤਦ ਐਪਲੀਕੇਸ਼ਨ ਰਿਜੈਕਟ ਹੋਏਗੀ। ਅਦਰਵਾਈਜ਼ ਐਪਲੀਕੇਸ਼ਨ ਰਿਜੈਕਟ ਨਹੀਂ ਹੋ ਰਹੀ ਹੈਗੀ, ਕਿਉਂਕਿ 40 ਪੁਆਇੰਟ ਜਿਸ ਬੰਦੇ ਕੋਲ ਹੈ, 40 ਪੁਆਇੰਟ ਇਜ਼ ਇਕੁਅਲ ਟੂ ਦਾ ਵੀਜ਼ਾ, ਕਿ ਵੀ 40 ਪੁਆਇੰਟ ਜਿਹੜੇ ਬੰਦੇ ਕੋਲ ਹੈ ਉਹਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ। 30 ਪੁਆਇੰਟ ਚਾਹੀਦੇ ਕੈਸ਼ 'ਤੇ। ਹੁਣ ਆਪਾਂ ਕੈਸ਼ ਦੀ ਗੱਲ ਕਰ ਲੈਂਦੇ ਹਾਂ ਕਿ ਵੀ ਕੈਸ਼ ਤੁਹਾਨੂੰ ਜਿਹੜਾ ਯੂਨੀਵਰਸਿਟੀ ਨੇ ਇਸ਼ੂ ਕਰਨਾ, ਇਸ ਵੇਲੇ ਤੁਹਾਡੀ ਕੁਆਲੀਫਿਕੇਸ਼ਨ 2016 ਪਾਸ ਆਊਟ ਹੋ, 2017 ਪਾਸ ਆਊਟ ਹੋ, 18 ਪਾਸ ਆਊਟ ਹੋ ਜਾਂ 19 ਪਾਸ ਆਊਟ ਹੋ। ਸੋ 2016 ਤੋਂ ਲੈ ਕਰਕੇ ਜਿਹੜੇ ਬੰਦਿਆਂ ਨੇ 12ਵੀਂ ਕੀਤੀ ਔਰ 2019 ਗੁੱਡ ਮੈਕਸੀਮਮ ਕਹਿ ਲਓ ਕਿ ਵੀ ਇਹ ਲੰਬੀ ਮੈਂ ਕਹਾਂਗਾ ਕਿ ਵੀ ਟਾਈਮ ਹੈ 2016 ਤੋਂ 2019, ਕਿ ਵੀ 2016 ਜਿਹਨਾਂ ਨੇ 12ਵੀਂ ਕੀਤੀ ਉਹਦੇ ਬਾਅਦ 'ਚੋਂ ਘਰ ਦੇ ਹਾਲਾਤਾਂ ਕਰਕੇ ਕੁਛ ਨਹੀਂ ਕਰ ਪਾਏ, 2017 'ਚ 12ਵੀਂ ਕੀਤੀ ਘਰ ਦੇ ਹਾਲਾਤਾਂ ਕਰਕੇ ਕੁਛ ਨਹੀਂ ਕਰ ਪਾਏ, ਜਾਂ ਮਲਟੀਪਲ ਐਪਲੀਕੇਸ਼ਨ ਵੱਖਰੀਆਂ ਵੱਖਰੀਆਂ ਕੰਟਰੀਆਂ 'ਚ ਲਾਈ ਸੀ, ਐਪਲੀਕੇਸ਼ਨ ਉਹ ਰਿਜੈਕਟ ਹੋ ਗਈ। ਸੋ ਉਹਨਾਂ ਵਾਸਤੇ ਜੇਕਰ ਮੈਂ ਗੱਲ ਕਰਾਂ, ਆਸਟ੍ਰੇਲੀਆ ਟੋਟਲ ਕਾਂਟਾ ਹੈ ਕਿਉਂਕਿ GT 'ਚ ਐਪਲੀਕੇਸ਼ਨ ਰਿਜੈਕਟ ਹੋਈ ਨਹੀਂ ਹੈ। ਕੈਨੇਡਾ ਉਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਐਪਲੀਕੇਸ਼ਨ ਉਹ ਲਾਣੀ ਪੈਂਦੀ ਹੈ, ਡਾਕੂਮੈਂਟੇਸ਼ਨ ਦੱਸਣੀ ਪੈਂਦੀ ਹੈ ਕਿ ਵੀ ਅੱਜ ਤੱਕ ਮੈਂ ਕੀ ਕਰਦਾ ਰਿਹਾ ਵਾਂ, ਤੁਸੀਂ ਉਹਨੂੰ ਖਾਲੀ ਨਹੀਂ ਛੱਡ ਸਕਦੇ। ਕੈਨੇਡਾ ਤੋਂ ਵੀ ਐਪਲੀਕੇਸ਼ਨ ਰਿਜੈਕਟ ਕਰਾ ਕੇ ਬੈਠੇ ਨੇ। ਸੋ ਉਹਨਾਂ ਵਾਸਤੇ ਇਹ ਬੈਸਟ ਐਂਡ ਦ ਬੈਸਟ ਨੋਟ ਈਵਨ ਬੈਸਟ ਦ ਬੈਸਟ ਐਂਡ ਗੋਲਡਨ ਅਪੋਰਚੁਨਿਟੀ ਮੈਂ ਕਹਾਂਗਾ ਕਿ ਉਹ ਹੈਗੀ ਹੈ ਜਨਵਰੀ ਇਨਟੇਕ ਵਾਸਤੇ ਆਪਣੇ ਡਾਕੂਮੈਂਟੇਸ਼ਨ ਦੇ ਕਰਕੇ ਆਪਣਾ ਅਪਲਾਈ
ਕਰੋ, 4 ਹਫ਼ਤੇ ਦੇ ਵਿੱਚ ਵਿੱਚ ਆਪਣਾ ਕੈਸ਼ ਲਵੋ। ਤੁਹਾਨੂੰ ਕੋਈ ਵੀ ਪੈਸਾ ਪਹਿਲੇ ਡਿਪੋਜ਼ਿਟ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ, ਚਾਹੇ ਉਹ ਐਪਲੀਕੇਸ਼ਨ ਫੀਸ ਹੈ, ਆਫਰ ਲੈਟਰ ਦੀ ਫੀਸ ਹੈ, ਜਾਂ ਯੂਨੀਵਰਸਿਟੀ ਦੀ ਫੀਸ ਹੈਗੀ ਹੈ, ਚਾਹੇ ਉਹ ਅੰਬੈਸੀ ਫੀਸ ਹੈ, ਚਾਹੇ ਉਹ ਇੰਸ਼ੋਰੈਂਸ ਹੈ। ਸੋ ਕੋਈ ਵੀ ਫੀਸ ਤੁਸੀਂ ਪਹਿਲੇ ਨਹੀਂ ਦੇਣੀ, ਸਾਰੇ ਪੈਸੇ ਦੇਣੇ ਜਿਸ ਦਿਨ ਵੀਜ਼ਾ ਲੱਗੇਗਾ। ਸੋ ਕਿਉਂਕਿ ESS ਗਲੋਬਲ ਦੀ ਇਹੀ ਪਾਲਿਸੀ ਹੈ, ਕਿਸੇ ਵੀ ਕੰਟਰੀ ਦਾ ਕੰਮ ਕਰੀਏ ਕਿ ਵੀ ਆਪਣੇ ਜਿਹੜੇ ਪੈਸੇ ਹੈ ਪੈਸੇ ਉਸ ਦਿਨ ਜਿਸ ਦਿਨ ਵੀਜ਼ਾ ਲੱਗੇਗਾ। ਸੋ ਵਾਪਿਸ ਆਉਣਾ 40 ਪੁਆਇੰਟ ਦੇ ਉੱਤੇ, 2016 ਤੋਂ 2019 ਤੁਹਾਡੀ ਕੁਆਲੀਫਿਕੇਸ਼ਨ ਹੈਗੀ ਹੈ, ਤੁਸੀਂ ਆਹ ਸਾਲਾਂ ਦੇ ਵਿੱਚ ਆਪਣੀ 12ਵੀਂ ਕੀਤੀ ਹੈ, 12ਵੀਂ 'ਚ ਤੁਹਾਡੇ 60% ਓਵਰਆਲ ਨੰਬਰ ਹੈ, ਜਾਂ ਇੰਗਲਿਸ਼ ਦੇ ਵਿੱਚ ਤੁਹਾਡੇ 60% ਨੰਬਰ ਹੈ, ਆਪਣੇ ਡਾਕੂਮੈਂਟ ਚੱਕ ਕੇ ਹੁਣੇ ESS ਗਲੋਬਲ ਦੇ ਆਫਿਸਿਸ ਜਾ ਕੇ ਆਪਣਾ ਕੇਸ ਰਜਿਸਟਰ ਕਰਾ ਲਓ। ਮੈਂ ਹਜੇ ਤੱਕ ਨਹੀਂ ਬੋਲਿਆ ਕਿ ਤੁਹਾਡੇ ਆਇਲਸ ਦੇ ਵਿੱਚ 5 ਬੈਂਡ ਹੈ, 5.5 ਬੈਂਡ ਆਇਲਸ ਕੀਤੀ ਹੈ ਜਾਂ ਨਹੀਂ ਕੀਤੀ ਹੈ, ਜਾਂ ਤੁਹਾਡੇ ਆਇਲਸ 8 ਬੈਂਡ ਹੈ, ਫਰਕ ਨਹੀਂ ਪਾਉਣਾ ਉਸ ਚੀਜ਼ ਨੇ। ਤੁਹਾਡੇ ਓਵਰਆਲ 60% ਨੰਬਰ ਹੈ 12ਵੀਂ ਇੰਗਲਿਸ਼ ਦੇ ਵਿੱਚੋਂ, ਇੰਗਲਿਸ਼ ਦਾ ਜਿਹੜਾ ਸਬਜੈਕਟ ਹੈ ਉਹ 'ਚ ਤੁਹਾਡੇ 60% ਹੈਗੇ ਹੈ, ਹੋਰ ਕਿਸੇ 'ਚੋਂ ਵੀ ਨੰਬਰ ਘੱਟ ਹੈ ਕੋਈ ਸਮੱਸਿਆ ਨਹੀਂ ਹੈ, ਆਪਣੇ ਡਾਕੂਮੈਂਟ ਚੁੱਕ ਕੇ ESS ਗਲੋਬਲ ਦੇ ਆਫਿਸ ਜਾ ਕਰਕੇ ਆਪਣਾ ਕੇਸ ਦਰਜ ਕਰਾ ਸਕਦੇ ਹੈਗੇ ਹੋ। 10 ਪੁਆਇੰਟ ਤੁਹਾਨੂੰ ਮਿਲਣੇ ਹੈ, ਐਂਡ ਤੁਹਾਨੂੰ ਜਦੋਂ ਤੁਸੀਂ ਡਾਕੂਮੈਂਟ ਦਿੰਦੇ ਹੋ 4 ਵੀਕ ਦੇ ਅੰਦਰ ਅੰਦਰ ਤੁਹਾਡਾ ਕੈਸ਼ ਆਉਂਦਾ ਵੈ, ਡਾਕੂਮੈਂਟਸ ਲੌਜ ਹੁੰਦੇ ਆ, ਐਪਲੀਕੇਸ਼ਨ ਲੌਗਇਨ ਹੁੰਦੀ ਹੈ, 1 ਦਿਨ ਤੋਂ ਲੈ ਕੇ 1 ਹਫ਼ਤੇ ਦੇ ਵਿੱਚ ਵਿੱਚ ਰਿਜ਼ਲਟ ਆ ਰਿਹਾ। ਮੈਂ ਦੁਬਾਰਾ ਰਿਪੀਟ ਕਰਦਾ, 1 ਦਿਨ ਤੋਂ ਲੈ ਕਰਕੇ 1 ਹਫ਼ਤੇ ਦੇ ਅੰਦਰ ਅੰਦਰ ਰਿਜ਼ਲਟ ਆ ਰਿਹਾ, ਠੀਕ ਹੈ। ਹੁਣ ਆ ਜਾਂਦੇ ਅਸੀਂ 10 ਪੁਆਇੰਟ ਵਾਲੇ ਬੰਨੇ। 10 ਪੁਆਇੰਟ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਉਹ ਲੇਟਰ ਔਨ ਕਰਦੇ ਹਾਂ ਅਸੀਂ ਗੱਲ। 10 ਪੁਆਇੰਟ ਤੁਹਾਨੂੰ ਮਿਲਣੇ ਜੇਕਰ ਤੁਹਾਡੇ ਆਪਣੇ ਨਾਮ ਦੇ ਉੱਤੇ 28 ਦਿਨ ਪੁਰਾਣੇ ਫੰਡ ਹੈ। ਤੁਸੀਂ ਆਪਣੇ ਮਾਂ ਬਾਪ ਦੇ ਵੀ ਸ਼ੋ ਕਰ ਸਕਦੇ ਹੋ, ਬਟ ਤੁਹਾਨੂੰ ਉਹਦੇ 'ਚ ਬਰਥ ਸਰਟੀਫਿਕੇਟ ਲਾਉਣਾ ਪੈਣਾ, ਔਰ ਮੋਸਟਲੀ ਬਰਥ ਸਰਟੀਫਿਕੇਟ ਜਿਹੜਾ ਪੰਜਾਬ 'ਚ ਹੈ ਉਹ ਪੰਜਾਬੀ ਦੇ ਵਿੱਚ ਕਾਰਪੋਰੇਸ਼ਨ ਦਾ ਉਹ ਤੁਹਾਨੂੰ ਕਹਿ ਲਓ ਕਿ ਵੀ ਪ੍ਰਿੰਟ ਆਊਟ ਹੈ ਜਿਹਦੇ 'ਚ ਪੰਜਾਬੀ ਲਿਖੀ ਹੁੰਦੀ ਹੈ, ਉਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਕਰਾਉਣਾ। ਸੋ ਜਿਹਦੇ ਨੇ ਇੰਗਲਿਸ਼ ਟਰਾਂਸਲੇਸ਼ਨ ਜਿਹੜੇ ਬੰਦੇ ਨੇ ਕਰਨੀ ਹੈ, ਜਿਹੜੇ ਨੋਟਰੀ ਨੇ ਕਰਨੀ ਹੈ, ਉਹਦੀ ਸਟੈਂਪ ਐਂਡ ਉਹਦਾ ਵਿਜ਼ਿਟਿੰਗ ਕਾਰਡ ਉਹਤੇ ਸਟੈਪਲਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਕਰਕੇ ਵੀ ਐਪਲੀਕੇਸ਼ਨ ਰਿਜੈਕਟ ਹੋਏਗੀ, ਤੁਹਾਡੇ ਫੰਡਸ ਨਲ ਐਂਡ ਵਾਈਡ ਹੋ ਜਾਣਗੇ। ਜਿਹੜਾ ਤੁਹਾਡਾ ਬੈਲੈਂਸ ਸਰਟੀਫਿਕੇਟ ਹੈਗਾ ਉਹਦੇ ਉੱਤੇ ਬੈਂਕ ਦਾ ਲੋਗੋ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਮੈਨੇਜਰ ਦੇ ਸਿਗਨੇਚਰ ਹੋਣੇ ਜ਼ਰੂਰੀ ਹੈ, ਸਟੈਂਪ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਡੇ ਉਹਤੇ ਸਰਟੀਫਿਕੇਟ 'ਤੇ ਕਲੀਅਰ ਲਿਖਿਆ ਹੋਣਾ ਚਾਹੀਦਾ ਕਿ ਇਹ ਫੰਡ 28 ਦਿਨ ਪੁਰਾਣੇ ਹੈ, ਔਰ 30 ਦਿਨ ਤੋਂ ਜ਼ਿਆਦਾ ਪੁਰਾਣੀ ਸਟੇਟਮੈਂਟ ਨਹੀਂ ਹੋਣੀ ਚਾਹੀਦੀ, ਇਸ ਕਾਰਨ ਕਰਕੇ ਵੀ ਐਪਲੀਕੇਸ਼ਨ ਰਿਜੈਕਟ ਹੁੰਦੀ ਹੈ। ਸੋ 10 ਪੁਆਇੰਟ ਜਿਹੜੇ ਹੈਗੇ ਆ, ਮੈਕਸੀਮਮ ਐਪਲੀਕੇਸ਼ਨ ਜਿੰਨੀਆਂ ਵੀ ਮੈਂ ਰਿਜੈਕਟ ਹੁੰਦੇ 2009 ਦੀ ਵੀ ਤੋਂ ਲੈ ਕਰਕੇ 12 ਜਿਹੜਾ ਟਨਿਓਰ ਇੱਕ ਦੌਰ ਚੱਲਿਆ ਸੀ UK ਦਾ, ਮੈਂ ਉਹਦੇ ਵਿੱਚ ਵੀ ਦੇਖ ਲਾਂ, ਅਤੇ ਮੈਕਸੀਮਮ ਨੰਬਰ ਆਫ ਐਪਲੀਕੇਸ਼ਨ ਜਿਹੜੀਆਂ ਮੈਂ ਉਹ 10 ਪੁਆਇੰਟ ਕਰਕੇ ਰਿਫਿਊਜ਼ ਹੁੰਦੀ ਹੈ, ਹੋਰ ਕਿਸੇ ਵੀ ਪੁਆਇੰਟ ਕਰਕੇ ਰਿਫਿਊਜ਼ ਨਹੀਂ ਹੁੰਦੀ। ਏਰੀਆ ਟੋਟਲ ਯੂਨੀਵਰਸਿਟੀਜ਼ ਜਿਹੜੀ ਹੈ 130 ਯੂਨੀਵਰਸਿਟੀਜ਼ ਹੈ। ਸੋ 1 ਮਿੰਟ, 10 ਪੁਆਇੰਟ ਦੇ ਬਾਰੇ ਹੋਰ ਕਲੈਰੀਫਿਕੇਸ਼ਨ ਦੇਦਾ। ਤੁਸੀਂ FD ਕਰਾਈ ਹੈ, FD ਦਾ ਤੁਸੀਂ ਬੈਲੈਂਸ ਸਰਟੀਫਿਕੇਟ ਨਾਲ ਭੇਜ ਸਕਦੇ ਹੋ, ਬਟ ਉਹਨਾਂ ਨੇ FD 'ਚ ਇਹ ਚੀਜ਼ ਚੈੱਕ ਕਰਨੀ ਹੈ ਕਿਤੇ ਇਹਦੇ ਉੱਤੇ OD ਤਾਂ ਨਹੀਂ ਹੈਗੀ, ਸੋ OD ਬਿਲਕੁਲ ਨਹੀਂ ਹੋਣੀ ਚਾਹੀਦੀ। FD ਦੇ ਅਗੇਨ ਜੇਕਰ ਤੁਸੀਂ ਲੋਨ ਲੈਂਦੇ ਹੋ ਉਹਦੇ ਕਰਕੇ ਵੀ ਐਪਲੀਕੇਸ਼ਨ ਰਿਜੈਕਟ ਹੋ ਸਕਦੀ ਹੈ, ਕਿਉਂਕਿ ਜਿਹੜਾ ਐਜੂਕੇਸ਼ਨ ਲੋਨ ਹੈ FD ਦੇ ਅਗੇਂਸਟ ਕਦੀ ਵੀ ਨਹੀਂ ਹੁੰਦਾ। ਵਰਡ ਜਿਹੜਾ ਹੈਗਾ ਵੈ ਉਹ ਐਜੂਕੇਸ਼ਨ ਲੋਨ ਲੈਟਰ ਹੋਣਾ ਚਾਹੀਦਾ, ਤਦ ਕਰਨਾ ਅਪਲਾਈ ਕਰਨਾ। ਕਾਫੀ ਲੋਕਾਂ ਨੇ ਇਹ ਵਾਲਾ ਧੰਦਾ ਸ਼ੁਰੂ ਕਰਤਾ ਹੈ ਕਿ ਜੀ ਐਜੂਕੇਸ਼ਨ ਲੋਨ ਲੈਟਰ ਨਹੀਂ ਹੈ, ਸਿਰਫ ਲੋਨ ਲੈਟਰ ਲਿਖਿਆ ਹੋਇਆ, ਐਂਡ ਉਹਦੀ ਐਪਲੀਕੇਸ਼ਨ ਅੱਗੇ ਜਾ ਕੇ ਰਿਜੈਕਟ ਹੋਣੀ ਹੀ ਹੋਣੀ ਹੈ, ਐਂਡ ਉਹਨਾਂ ਕਰਕੇ ਹੀ ਸਿਸਟਮ ਅਬਿਊਜ਼ ਹੋਏਗਾ, ਐਂਡ ਦੁਬਾਰਾ ਜੇਕਰ ਸਖਤਾਈ ਹੋਈ ਤਾਂ ਇਹ ਕਾਰਨ ਹੈ ਜਿੰਨਾ ਕਰਕੇ 2009 'ਚ ਪੰਜਾਬ ਸਖਤਾਈ ਹੋਈ ਸੀ, ਐਂਡ ਇਹੀ ਕਾਰਨ ਹੈ ਜਿੰਨਾ ਕਰਕੇ ਅੱਜ ਅੱਗੇ ਜਾ ਕਰਕੇ ਸਖਤਾਈ ਹੋ ਸਕਦੀ ਹੈ। ਸੋ ਬੈਸਟ ਤਰੀਕਾ ਹੈ ਆਪਣੇ ਖਾਤੇ ਵਿੱਚ ਪੈਸੇ ਸਟਾਓ, ਜੇਕਰ ਇਕੱਲਾ ਬੰਦਾ ਹੈ ਤਕਰੀਬਨ 15 ਲੱਖ ਰੁਪਏ, ਜੇ 6 ਮਹੀਨੇ ਦੀ ਫੀਸ ਤਾਰੀ ਹੋਈ ਹੈ ਤਾਂ ਇਨਾਫ ਹੈ, ਜੇ ਪੂਰੇ ਸਾਲ ਦੀ ਫੀਸ ਤਾਰੀ ਹੈ ਤਾਂ ਤਦ ਵੀ 8 ਤੋਂ 10 ਲੱਖ ਰੁਪਈਆ ਜਿਹੜਾ ਵੈ ਸਫੀਸ਼ੈਂਟ ਹੈ। ਤੁਸੀਂ ਆਪਣੇ ਖਾਤੇ 'ਚ ਆਪਣੇ ਪੈਸੇ ਜਮ੍ਹਾਂ ਕਰਾਓ, ਆਪਣੇ ਫਾਦਰ ਦੇ ਟਰੱਕ ਕਹੋ ਜੇ ਅਕਾਊਂਟ 'ਚ ਹੈ ਤਾਂ ਉਹ ਤੋਂ ਟ੍ਰਾਂਸਫਰ ਆਪਣੇ ਅਕਾਊਂਟ 'ਚ ਕਰਾ ਲਓ, ਉਹਦੀ ਸਟੇਟਮੈਂਟ ਲਗਾਓ, ਨਾਲ ਬੈਲੈਂਸ ਸਰਟੀਫਿਕੇਟ ਲਾਓ। ਜਿੰਨੀ ਕਲੀਨ ਐਪਲੀਕੇਸ਼ਨ ਹੈ ਅੰਬੈਸੀ ਦੇ ਵਿੱਚ ਭੇਜੋਗੇ, ਉਨੀ ਹੀ ਵਧੀਆ ਰਿਜ਼ਲਟ ਅੱਗੇ ਦੇਖਣ ਨੂੰ ਮਿਲਣਗੇ। ਸੋ 10 ਪੁਆਇੰਟਾਂ ਦਾ ਇਹ ਖਿਆਲ ਰੱਖਣਾ ਹੈ। 30 ਪੁਆਇੰਟ ਤੁਹਾਨੂੰ ਮਿਲਣੇ ਆ ਕੈਸ਼ ਦੇ, ਜਿਹਦੀ ਉਚਾਉਣ ਜਿਹੜਾ ਡਰ ਹੁੰਦਾ ਵੈ ਉਹ ਡਰ ਇਹ ਹੁੰਦਾ ਯਾਰ ਮੇਰੇ ਆਇਲਸ ਨਹੀਂ ਗਏ, ਮੇਰੇ ਆਇਲਸ 5.5 ਬੈਂਡ ਹੈ, ਕੀ ਮੇਰਾ ਹੋ ਜਾਏਗਾ, ਕੀ ਮੇਰਾ ਗੈਪ ਹੈ। ਜੇਕਰ ਯੂਨੀਵਰਸਿਟੀ ਨੇ ਕੈਸ਼ ਇਸ਼ੂ ਕਰਤਾ, ਮਤਲਬ 30 ਪੁਆਇੰਟ ਤੁਹਾਡੇ ਖਰੇ ਹੋ ਗਏ ਹੈ, ਤੁਹਾਨੂੰ ਕਿਸੇ ਵੀ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ, ਮੇਰੇ ਆਇਲਸ ਹੈਗੇ ਆ ਕਿ ਨਹੀਂ ਗਏ, ਇਹ ਚਿੰਤਾ ਉਦੋਂ ਤੱਕ ਹੈ ਜਦ ਤੱਕ ਤੁਹਾਡਾ ਕੈਸ਼ ਨਹੀਂ ਆਉਂਦਾ। ਜੇਕਰ ਕੈਸ਼ ਆ ਗਿਆ ਤਾਂ 30 ਪੁਆਇੰਟ ਤੁਹਾਡੇ ਮਿਲ ਗਏ, ਛੁੱਟੀ,
ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਅੰਬੈਸੀ ਨੇ ਇਹ ਕਾਰਨ ਕਰਕੇ ਐਪਲੀਕੇਸ਼ਨ ਰਿਜੈਕਟ ਨਹੀਂ ਕਰ ਦੇਣੀ ਕਿ ਭਾਈ ਤੇਰੇ 30 ਪੁਆਇੰਟ ਜਿਹੜੇ ਆ ਉਹ ਗਲਤ ਹੈਗੇ ਆ, ਤੇਰੇ ਕੋਲ ਤੇ ਆਇਲਸ ਹੈ ਨਹੀਂ। ਇਹ ਯੂਨੀਵਰਸਿਟੀਜ਼ ਦੇ ਉੱਤੇ ਉੱਤੇ ਯੂਕੇ ਬੀਏ ਨੇ ਇਸ ਵੇਲੇ ਡੰਡਾ ਇਹ ਜਿਹੜਾ ਕਹਿ ਲਓ ਕਿ ਵੀ ਛੱਡਤਾ ਹੈ ਕਿ ਤੁਸੀਂ ਜੇ ਬੱਚੇ ਨੂੰ ਐਕਸੈਪਟ ਕਰ ਲਿਆ ਅਸੀਂ ਕੋਈ ਕੁਐਸਚਨ ਨਹੀਂ ਪੁੱਛਣਾ। ਸੋ ਮੁੱਲ ਜਿਹੜਾ ਉਹ 30 ਪੁਆਇੰਟ ਦਾ ਹੈਗਾ, ਜੇ ਤੁਹਾਡੇ ਕੋਲ 30 ਪੁਆਇੰਟ ਹੈਗੇ ਆ 10 ਪੁਆਇੰਟ ਤੁਸੀਂ ਆਪਣੇ ਖੁਦ ਕਰਨੇ ਆ, ਫੰਡ ਤੁਸੀਂ ਆਪਣੇ ਖਾਤੇ 'ਚ ਪਾਉਣੇ ਆ, 40 ਪੁਆਇੰਟ ਹੋ ਗਏ ਇਜ਼ ਇਕੁਅਲ ਟੂ ਵੀਜ਼ਾ। ਜਨਵਰੀ ਇਨਟੇਕ ਬਹੁਤ ਵੱਡਾ ਇਨਟੇਕ ਨਹੀਂ ਮੰਨਿਆ ਜਾਂਦਾ ਯੂਕੇ ਦੇ ਵਿੱਚ, ਬਟ ਇਸ ਵੇਲੇ ਪੰਜਾਬ ਦੀ ਜੇ ਗੱਲ ਕਰ ਲਾਂ, ਆਸਟ੍ਰੇਲੀਆ ਦੀਆਂ ਜਿੰਨੀਆਂ ਐਪਲੀਕੇਸ਼ਨਸ ਇਸ ਵੇਲੇ ਰਿਜੈਕਟ ਹੋਈਆਂ ਨੇ ਜਾਂ ਇਹ ਜਿਹੜਾ ਕਹਿ ਲਓ ਕਿ ਵੀ ਹੋਰ ਕੰਟਰੀ ਜਿਹ 'ਚ ਸਟੂਡੈਂਟ ਨਹੀਂ ਜਾ ਪਾਇਆ, ਮਲਟੀਪਲ ਟਾਈਮ ਰਿਜੈਕਟ ਹੋ ਕੇ ਬਹਿ ਗਿਆ, ਗੈਪ ਪੈ ਗਿਆ, ਇਹ ਗੋਲਡਨ ਅਪੋਰਚੁਨਿਟੀ ਹੈ ਜਨਵਰੀ ਵਾਸਤੇ। ਬ੍ਰੈਕਸਿਟ 'ਚ ਇਹਨਾਂ ਨੇ ਅਕਤੂਬਰ ਦੇ ਵਿੱਚ ਵੱਖਰੇ ਹੋਏ ਨਾ, 2-3 ਮਹੀਨੇ ਇਹ ਇੰਟਰਨੈਸ਼ਨਲ ਸਟੂਡੈਂਟ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਸੇ ਨੇ ਪੁੱਛਣਾ ਨਹੀਂ, ਬਟ ਜਨਵਰੀ 'ਚ ਜਦੋਂ ਉੱਥੇ ਰਸ਼ ਹੋ ਜਾਣਾ, ਜਨਵਰੀ ਤੋਂ ਬਾਅਦ ਜ਼ਰੂਰ ਅੱਖਾਂ ਵੱਡੀਆਂ ਵੱਡੀਆਂ ਖੁੱਲੀਆਂ, ਕਿਉਂਕਿ ਜਨਵਰੀ ਤੋਂ ਬਾਅਦ ਗੈਪ ਪੈਣਾ ਵਾ ਸਪਟੈਂਬਰ ਤੱਕ ਦਾ, ਤਾਂ ਮਤਲਬ ਉਹ ਟਾਈਮ ਹੋਣਾ ਵਾ ਸਾਰੀਆਂ ਚੀਜ਼ਾਂ ਦੀ ਰਿਵੀਜ਼ਨ ਕਰਨ ਦਾ। ਐਂਡ ਯੂਕੇ ਦੇ ਵਿੱਚ ਸਾਨੂੰ ਪਤਾ ਕਿਸ ਤਰੀਕੇ ਦੇ ਨਾਲ ਇਹ ਪੋਲਿਸੀਜ਼ ਚੇਂਜ ਹੁੰਦੀ ਹੈ। ਰਾਤ ਨੂੰ ਐਪਲੀਕੇਸ਼ਨ ਲਾ ਕੇ ਸੁੱਤੇ ਹਾਂ, ਸਵੇਰੇ ਉੱਠ ਕੇ ਲਿਸਟ ਵੇਖੀ ਦੀ ਹੈ, ਨਾਮ ਹੀ ਨਹੀਂ ਸੀ ਹੁੰਦਾ ਇੰਸਟੀਟਿਊਟ ਦਾ। ਸੋ ਇਸ ਕਰਕੇ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਤੁਹਾਡਾ ਪਹਿਲੇ ਟੂਰਿਸਟ ਵੀਜ਼ਾ ਐਪਲੀਕੇਸ਼ਨ ਰਿਜੈਕਟ ਹੋਈ ਹੈ, ਯੂਕੇ ਰਹਿ ਕੇ ਆਇਓ, 2 ਨੰਬਰ 'ਚ ਰਹੇ ਸੀ ਵਾਪਸ ਆ ਗਏ, ਅੱਜ ਵਿਆਹ ਹੋ ਗਿਆ ਵੈ ਸਪਾਊਸ ਦੇ ਨਾਲ, ਆਪਣੀ ਵਾਈਫ ਦੀ ਤੁਹਾਡੀ ਪੜ੍ਹਾਈ ਲਿਖਾਈ ਗ੍ਰੈਜੂਏਸ਼ਨ ਹੈ, ਤੁਸੀਂ ਉਹਦੇ ਨਾਲ ਜਾਣਾ ਚਾਹੁੰਦੇ ਹੋ, ਤਦ ਵੀ ਕੋਈ ਦਿੱਕਤ ਨਹੀਂ ਹੈ। ਸੋ ਕੋਈ ਵੀ ਸਟੂਡੈਂਟ ਜਿਹੜਾ ਯੂਕੇ ਤੋਂ ਵੀ ਪਰਤਿਆ ਜਾਂ ਨਿਊਜ਼ੀਲੈਂਡ ਤੋਂ ਪਰਤਿਆ ਜਾਂ ਸਾਈਪ੍ਰਸ ਤੋਂ ਪਰਤਿਆ ਜਾਂ ਫਿਰ ਸਿੰਗਾਪੁਰ ਤੋਂ ਡਿਪਲੋਮੇ ਲੈਣ ਗਏ ਸੀ, ਨਹੀਂ ਹੋਇਆ, ਗੈਪ ਸੀ, ਆਇਲਸ ਕਰ ਨਹੀਂ ਸੀ ਸਕਦੇ ਜਾਂ 5-5.5 ਸੀ, ਚਲੋ ਸਿੰਗਾਪੁਰ ਸਾਈਪ੍ਰਸ ਜਪਾਨ ਜਪੂਨ ਕਿਤੇ ਤੁਰ ਗਏ, ਹੁਣ ਇਹ ਟਾਈਮ ਹੈ, ਤੁਸੀਂ ਆਪਣੀ ਐਪਲੀਕੇਸ਼ਨ ਯੂਕੇ ਵਾਸਤੇ ਦਰਜ ਕਰ ਸਕਦੇ ਹੋ। ਐਂਡ 3 ਸਾਲ ਦਾ ਬੈਚਲਰ ਡਿਗਰੀ ਕਰਨ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਮਿਲਣਾ, 2 ਸਾਲ ਦੀ ਜਾਂ 1 ਸਾਲ ਦੀ ਜਾਂ 1.5 ਸਾਲ ਦੀ, 3 ਤਰੀਕੇ ਦੀ ਮਾਸਟਰ ਡਿਗਰੀ ਹੈ ਉਹ ਕਰਨ ਤੋਂ ਬਾਅਦ ਵੀ 2 ਸਾਲ ਦਾ ਵਰਕ ਪਰਮਿਟ ਮਿਲਣਾ। ਯੂਕੇ ਬਾਰੇ ਅਗਲੀ ਗੱਲ ਦੱਸਦਾ, ਟੋਟਲ 130 ਯੂਨੀਵਰਸਿਟੀਆਂ ਹੈਗੀਆਂ ਯੂਕੇ ਦੇ ਵਿੱਚ, ਜਿਹਦੇ ਵਿੱਚ ਤੁਸੀਂ ਆਪਣਾ ਏਰੀਆ ਯੂਕੇ 'ਚ ਇੱਕ ਖਾਸ ਖਿਆਲ ਰੱਖਣਾ, ਉਹ ਵਾਲੇ ਸ਼ਹਿਰ ਦੇ ਵਿੱਚ ਜਾਇਓ ਜਿੱਥੇ ਤੁਹਾਨੂੰ ਸਾਂਭਣ ਹੋ ਗਿਆ, ਤੁਹਾਡੇ ਯਾਰ ਦੋਸਤ ਬੇਲੀ ਜਾਂ ਰਿਸ਼ਤੇਦਾਰ ਦੂਰੋਂ ਨੇੜੇ ਹੈਗੇ ਆ। ਯੂਕੇ ਨੂੰ ਆਸਟ੍ਰੇਲੀਆ ਜਾਂ ਕੈਨੇਡਾ ਵਕਲ ਲਾਈਟਲੀ ਬਿਲਕੁਲ ਨਾ ਲੈਣਾ, ਬਿਲਕੁਲ ਨਾ ਲੈਣਾ ਮਤਲਬ ਬਿਲਕੁਲ ਨਾ ਲੈਣਾ, ਕਿਉਂਕਿ ਉਹ ਜਿਹੜਾ ਉਹਨਾਂ ਦਾ ਜੋਗ੍ਰਾਫੀਕਲ ਏਰੀਆ ਦੇਖ ਲਈਏ ਆਸਟ੍ਰੇਲੀਆ ਦਾ ਜਾਂ ਕੈਨੇਡਾ ਦਾ, ਉਹਦੇ ਕੰਪੈਰੇਟਿਵਲੀ ਜੇਕਰ ਅਸੀਂ ਯੂਕੇ ਦਾ ਦੇਖ ਲਈਏ ਤਾਂ ਬਹੁਤ ਜ਼ਿਆਦਾ ਛੋਟਾ ਹੈ। ਸੋ ਉਸ ਸ਼ਹਿਰ ਦੇ ਵਿੱਚ ਜਾਇਓ, ਉਸ ਸ਼ਹਿਰ 'ਚ ਯੂਨੀਵਰਸਿਟੀ ਲੈਣਾ ਜਿੱਥੇ ਤੁਹਾਡੇ ਕੋਲ ਰਹਿਣ ਦਾ ਅਰੇਂਜਮੈਂਟ ਹੈਗਾ, ਕਿਉਂਕਿ ਉੱਥੇ ਜਾ ਕੇ ਚੇਂਜ ਨਹੀਂ ਕਰ ਪਾਉਣਾ। ਜੇ ਚੇਂਜ ਯੂਨੀਵਰਸਿਟੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਜਿਹੜਾ ਵੀਜ਼ਾ ਨਵੇਂ ਸਿਰੇ ਅਪਲਾਈ ਕਰਨਾ ਪੈਣਾ, ਕਿਉਂ? ਕਿਉਂਕਿ ਤੁਹਾਨੂੰ ਇੱਥੋਂ ਵੀਜ਼ਾ ਮਿਲਣਾ 30 ਦਿਨਾਂ ਦਾ, ਸਿਰਫ 30 ਦਿਨਾਂ ਦਾ ਵੀਜ਼ਾ ਮਿਲਣਾ, ਜਿਹੜਾ ਕਿ ਇੱਕ ਟਰੈਵਲ ਡਾਕੂਮੈਂਟ ਹੈ। ਤੁਸੀਂ ਉੱਥੇ ਜਾ ਕਰਕੇ ਯੂਨੀਵਰਸਿਟੀ 'ਚ ਆਪਣਾ ਇਨਰੋਲ ਹੋਏ, ਇਨਰੋਲ ਹੋਣ ਤੋਂ ਬਾਅਦ ਤੁਹਾਨੂੰ ਉੱਥੇ ਬਾਇਓਮੈਟ੍ਰਿਕਸ ਕਾਰਡ ਇਸ਼ੂ ਹੋਏਗਾ, ਜਿਹਨੂੰ ICFN ਕਾਰਡ ਵੀ ਕਹਿੰਦੇ ਹੈਗੇ ਆ। ਉਹ ਪਿੰਕ ਜਿਹੇ ਕਲਰ ਦਾ ਕਾਰਡ ਹੋਣਾ ਔਰ ਤੁਹਾਡੀ ਫੋਟੋ ਲੱਗੀ ਹੋਣੀ, ਉੱਤੇ ਯੂਕੇ ਦਾ ਝੰਡਾ ਲੱਗਾ ਹੋਣਾ, ਸਾਰੀਆਂ ਡਿਟੇਲਾਂ ਜੋ ਵੀਜ਼ੇ ਦੇ ਸਟਿੱਕਰ 'ਤੇ ਲੱਗਦੀਆਂ ਉੱਥੇ ਉਹਦੇ ਵਿੱਚ ਲਿਖੀਆਂ ਹੋਣੀਆਂ, ਔਰ 'ਚ ਲਿਖਿਆ ਹੋਣਾ ਤੁਹਾਨੂੰ ਕਿੰਨੇ ਕੁ ਦਿਨ ਕਿੰਨੇ ਘੰਟੇ ਕੰਮ ਕਰਨ ਦੀ ਪਰਮਿਸ਼ਨ ਹੈ। ਔਰ ਤੇ ਯੂਨੀਵਰਸਿਟੀ ਦਾ Tier 4 ਲਾਈਸੈਂਸ ਵੀ ਨੰਬਰ ਵੀ ਲਿਖਿਆ ਹੋਣਾ ਵੈ, ਜਿਹੜਾ ਇੱਥੋਂ 30 ਦਿਨਾਂ ਦਾ ਟਰੈਵਲ ਡਾਕੂਮੈਂਟ ਮਿਲਣਾ ਵੈ, ਤੁਹਾਨੂੰ ਉੱਥੇ ਵੀ ਜਿਹੜਾ ਯੂਨੀਵਰਸਿਟੀ ਦਾ Tier 4 ਲਾਈਸੈਂਸ ਨੰਬਰ ਲਿਖਿਆ ਹੋਣਾ। ਹੁਣ ਤੁਸੀਂ ਜੇਕਰ ਉਸ ਯੂਨੀਵਰਸਿਟੀ ਨਹੀਂ ਜਾਂਦੇ, ਅਟੈਂਡੈਂਸ ਪੂਰੀ ਨਹੀਂ ਕਰਦੇ, ਯੂਨੀਵਰਸਿਟੀ ਨੇ ਕੈਸ਼ ਆਪਣਾ ਵਿਦਡਰਾਅ ਕਰ ਲਿਆ, ਜਾਂ ਫਿਰ ਤੁਸੀਂ ਯੂਨੀਵਰਸਿਟੀ 'ਚ ਆਪਣੇ ਰਿਫੰਡ ਦੀ ਰਿਕੁਐਸਟ ਪਾਈ, ਅਸੀਂ ਦੂਜੀ ਯੂਨੀਵਰਸਿਟੀ ਜਾਣਾ, ਮਾਰਕ ਮਾਈ ਵਰਡਸ, ਤੁਹਾਨੂੰ ਆਪਣਾ ਵੀਜ਼ਾ ਦੁਬਾਰਾ ਅਪਲਾਈ ਕਰਨਾ ਪੈਣਾ, ਔਰ ਜਿਹੜੇ ਫੰਡ ਇੱਥੇ ਸ਼ੋਅ ਕੀਤੇ ਸੀ ਉਹੀ ਫੰਡ ਦੁਬਾਰਾ ਸ਼ੋਅ ਕਰਨੇ ਪੈਣੇ ਹੈ। ਦੁਬਾਰਾ ਸਾਰਾ ਨਵਾਂ ਪ੍ਰੋਸੈਸ ਹੋਣਾ, ਦੁਬਾਰਾ ਤੁਹਾਨੂੰ ਐਮਬੈਸੀ ਫੀਸ ਦੇਣੀ ਪੈਣੀ ਹੈ, ਆਪਣੀ ਜਿਹੜੀ ਇੰਸ਼ੋਰੈਂਸ ਆ ਉਹ ਵੀ ਚੇਂਜ ਕਰਾਉਣੀ ਪੈਣੀ ਹੈ, ਕਿ ਜਿਹੜਾ ਕਿ ਛੋਟਾ ਮੋਟਾ ਟਾਸਕ ਨਹੀਂ ਹੈ। ਐਂਡ ਜੇ ਹੋ ਵੀ ਜਾਂਦਾ, ਜਿਹਦੇ ਕਿ ਪੁਆਇੰਟ ਜੇਕਰ ਮੈਂ ਕਹਾਂ ਵੀਜ਼ਾ ਲੱਗੂਗਾ, ਨਹੀਂ ਲੱਗੇਗਾ, ਵੀਜ਼ਾ ਵੀ ਚੇਂਜ ਹੋ ਜਾਏਗਾ, ਕੋਈ ਪ੍ਰੋਬਲਮ ਨਹੀਂ ਹੈ, ਬਟ ਇਟਸ ਇੰਟਾਇਰ ਦੁਬਾਰਾ ਨਵਾਂ ਸਾਰਾ ਉਹੀ ਵਾਲਾ ਪ੍ਰੋਸੈਸ ਉਹਨੂੰ ਰਿਪੀਟ ਕਰਨਾ ਪਏਗਾ, ਵਿਚ ਇਜ਼ ਰੀਅਲੀ ਰੀਅਲੀ ਪੇਨਫੁਲ। ਸੋ ਉਹਦੇ ਵਿੱਚ ਕੀ ਹੈ, ਤੁਹਾਨੂੰ ਆਪਣੀ ਐਪਲੀਕੇਸ਼ਨ ਦੁਬਾਰਾ ਦਰਜ ਕਰਨੀ ਪੈਣੀ ਹੈ, ਐਂਡ ਉਹਨਾਂ ਕੋਲ ਉਸ ਟਾਈਮ ਦੇ ਉੱਤੇ ਪ੍ਰੋਬੇਬਿਲਿਟੀ ਹੈ ਦੈਟ ਹੀ ਇਜ਼ ਨੋਟ ਅ ਜੈਨੂਇਨ ਸਟੂਡੈਂਟ, ਕਿ ਵੀ ਜਦੋਂ ਇਹ ਇੰਡੀਆ ਤੋਂ ਤੁਰਿਆ ਸੀ ਉਦੋਂ ਨਹੀਂ ਸੀ ਪਤਾ ਕਿ ਇਹ ਮੇਰੇ ਰਿਸ਼ਤੇਦਾਰਾਂ ਤੋਂ ਦੂਰ ਦੀ ਯੂਨੀਵਰਸਿਟੀ ਹੈ। ਵੇਅਰ ਐਸ 130 ਯੂਨੀਵਰਸਿਟੀਆਂ ਯੂਕੇ 'ਚ, ਹਰ ਸ਼ਹਿਰ 2-2, 5-5, 10-10, 20-20 ਯੂਨੀਵਰਸਿਟੀਆਂ ਹੈਗੀਆਂ। ਲੰਡਨ ਜਾਣਾ, ਲੰਡਨ ਦੇ ਵਿੱਚ ਤੁਸੀਂ ਵੈਸਟ ਲੰਡਨ ਕਹਿ ਲਓ, ਈਸਟ ਲੰਡਨ ਕਹਿ ਲਓ, ਨੌਰਥ ਸਾਈਡ ਕਹਿ ਲਓ, ਹਰ ਜਗ੍ਹਾ ਯੂਨੀਵਰਸਿਟੀਜ਼ ਦੀਆਂ ਐਡਮਿਸ਼ਨ
ਜਨਵਰੀ ਵਾਸਤੇ ਓਪਨ ਹੈ। ਤੁਸੀਂ ਬਰਮਿੰਗਮ ਜਾਣਾ ਹੈ, ਬਰਮਿੰਗਮ ਵੀ ਜਾ ਸਕਦੇ ਹੋ, ਲੈਸਟਰ ਦੇ ਵਿੱਚ ਲੈ ਸਕਦੇ ਹੋ, ਆਪਣਾ ਜਿਹੜਾ ਵਾ ਕੋਵੈਂਟਰੀ ਏਰੀਏ 'ਚ ਲੈ ਸਕਦੇ ਹੋ, ਵੋਲਵਰਹੈਂਪਟਨ ਦੇ ਵਿੱਚ ਲੈ ਸਕਦੇ ਹੋ, ਸਕਾਟਲੈਂਡ ਦੇ ਵਿੱਚ ਕਰਨਾ ਚਾਹੁੰਦੇ ਹੋ, ਸਕਾਟਲੈਂਡ ਵੀ ਬਹੁਤ ਵੱਡਾ ਹੈ, ਗਲਾਸਗੋ ਦੇ ਵਿੱਚ ਕਰਨਾ ਚਾਹੁੰਦੇ ਹੋ, ਐਡਨਬਰਾ ਕਰਨਾ ਚਾਹੁੰਦੇ ਹੈਗੇ ਹੋ, ਤੁਸੀਂ ਐਬਰਡੀਨ ਕਰਨਾ ਚਾਹੁੰਦੇ ਹੋ, ਜਿਹੜਾ ਨਦਰ ਆਇਰਲੈਂਡ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਸੋ ਇਟਸ ਇੰਟਾਇਰ, ਮੈਂ ਕਹਿੰਦਾ ਕਿ 130 ਯੂਨੀਵਰਸਿਟੀਆਂ ਘੱਟ ਨਹੀਂ ਹੁੰਦੀਆਂ, ਐਂਡ ਹਰ ਯੂਨੀਵਰਸਿਟੀ ਦਾ ਪ੍ਰੋਟੋਕੋਲ ਆਲਮੋਸਟ ਸੇਮ ਹੈਗਾ ਵੈ। ਸੋ ਕਿਸੇ ਵੀ ਸ਼ਹਿਰ ਜਿੱਥੇ ਸਾਂਭਣ ਵਾਲੇ ਬੰਦੇ ਹੈਗੇ ਨਾ, ਉੱਧਰ ਨੂੰ ਅਪਲਾਈ ਕਰੋ, ਹੋਰ ਦੂਜੇ ਤੀਜਾ ਕਿਤੇ ਨਾ ਦੇਖਣਾ, ਕਿਉਂਕਿ ਉੱਥੇ ਜਾ ਕੇ ਚੇਂਜ ਨਹੀਂ ਜੇ ਹੋਣਾ, ਉੱਥੇ ਜਾ ਕੇ ਬਿਲਕੁਲ ਚੇਂਜ ਨਹੀਂ ਹੋਣਾ। ਜੇ ਰਿਸ਼ਤੇਦਾਰ ਬਰਮਿੰਗਮ ਰਹਿੰਦੇ ਆ, ਲੰਡਨ ਦੀ ਯੂਨੀਵਰਸਿਟੀ ਨਾਲ ਲੈਣਾ ਕਿ ਸਾਊਥ ਹਾਲ ਜਾ ਕੇ ਰਵਾਂਗਾ ਜੀ, ਕੋਈ ਗੱਲ ਨਹੀਂ, ਉੱਥੇ ਬਰਮਿੰਗਮ 'ਤੇ ਆਉਣਾ ਜਾਣਾ ਹੋ ਜਾਂਦਾ, 2-2.5 ਘੰਟੇ ਦੀ ਡਰਾਈਵ ਹੈ, ਗੱਲ ਨਹੀਂ ਬਣਨੀ ਹੈਗੀ। ਸੋ ਇਸ ਕਰਕੇ ਇਹ ਸਖਤ 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 ਹਿਦਾਇਤ ਜਾਂ ਇੰਸਟਰਕਸ਼ਨਸ ਕਹਿ ਲਓ, ਉਹ ਹੈਗੀਆਂ ਸਲਾਹ ਕਹਿ ਲਓ, ਐਡਵਾਈਸ ਕਹਿ ਲਓ, ਵੀ ਉਸ ਜਗ੍ਹਾ ਦੇ ਉੱਤੇ ਆਪਣੀ ਯੂਨੀਵਰਸਿਟੀ ਲੈਣਾ ਜਿੱਥੇ ਤੁਹਾਨੂੰ ਸਾਂਭਣ ਵਾਲੇ ਹੈ, ਨਹੀਂ ਸਾਂਭਣ ਵਾਲੇ ਆਪਣੀ ਅਕੋਮੋਡੇਸ਼ਨ ਅਰੇਂਜ ਕਰਕੇ ਜਾਣਾ, ਆਪਣਾ ਏਅਰਪੋਰਟ ਟ੍ਰਾਂਸਫਰ ਪਿਕਅਪ ਜਿਹੜੀ ਆ ਉਹ ਲੈ ਕੇ ਜਾਣਾ। ਨੈਕਸਟ ਪੁਆਇੰਟ, ਸਪਾਊਸ ਕੇਸਿਸ। ਜਿੰਨਾ ਵੀ ਸਟੂਡੈਂਟ ਆਸਟ੍ਰੇਲੀਆ ਤੋਂ ਮਲਟੀਪਲ ਟਾਈਮ ਰਿਜੈਕਟ ਹੈ, ਕੈਨੇਡਾ ਤੋਂ ਸਪਾਊਸ ਵੀਜ਼ਾ ਐਪਲੀਕੇਸ਼ਨ ਰਿਜੈਕਟ ਹੋ ਗਈ ਹੈ, ਜਾਂ ਇਕੱਠੇ ਹੀ ਜਾਣਾ ਚਾਹੁੰਦੇ ਹੈ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਵਿਆਹਿਆ ਬੰਦਾ, ਵਿਆਹ ਤੋਂ ਬਾਅਦ ਤੁਸੀਂ ਬਾਹਰ ਜਾਣ ਦੀ ਸੋਚਦੇ ਹੋ, ਵਧੇਰੇ ਔਰ ਵਧੀਆ ਭਵਿੱਖ ਬਾਰੇ ਸੋਚਦੇ ਹੋ, ਅਤੇ ਵਧੀਆ ਭਵਿੱਖ ਜਿਹੜਾ ਉਹ ਸਪਾਊਸ ਤੋਂ ਬਿਨਾਂ ਨਹੀਂ ਹੋ ਸਕਦਾ। ਉਹ ਜਦੋਂ ਤੱਕ ਤੁਹਾਡੇ ਕੋਲ ਆਪਸ਼ਨ ਕੋਈ ਨਹੀਂ ਗੀ, ਠੀਕ ਹੈ ਯਾਰ, ਬੰਦਾ ਹੋਰ ਕੀ ਕਰੇ, ਚਲੋ ਜੀ ਕੈਨੇਡਾ ਨੂੰ ਤੁਰ ਜਾਂਦੇ ਹਾਂ, ਪਹਿਲੇ ਕੁੜੀ ਚਲ ਜੂਗੀ, 6-8 ਮਹੀਨੇ ਬਾਅਦ ਸਪਾਊਸ ਚਲ ਜਾਏਗਾ। ਹੁਣ ਜੇਕਰ ਅੱਜ ਆਪਸ਼ਨ ਹੈ ਤਾਂ ਇਕੱਠੇ ਹੀ ਜਾਣਾ ਚਾਹੀਦਾ, ਕਿਉਂਕਿ ਜਿਹੜੇ ਸਟੂਡੈਂਟਸ ਦੇ ਆਸਟ੍ਰੇਲੀਆ ਨਹੀਂ ਜਾ ਪਾਏ, ਜਾਂ ਆਸਟ੍ਰੇਲੀਆ ਐਪਲੀਕੇਸ਼ਨ ਰਿਜੈਕਟ ਹੋ ਗਈ, ਕੈਨੇਡਾ ਤੋਂ ਬੈਨ ਲਵਾ ਕੇ ਬੈਠੇ ਆ, ਕੁਛ ਵੀ ਹੈ, ਯੂਕੇ ਵਾਸਤੇ ਆਪਣੀ ਐਪਲੀਕੇਸ਼ਨ, ਹਸਬੈਂਡ ਵਾਈਫ ਇਕੱਠੇ ਅਪਲਾਈ ਕਰ ਸਕਦੇ ਹੋ। ਅਗਲਾ ਸਵਾਲ ਆਉਂਦਾ ਕਿ ਬੱਚਾ ਨਾਲ ਜਾ ਸਕਦਾ ਕਿ ਨਹੀਂ ਜਾ ਸਕਦਾ, ਬੱਚਾ ਵੀ ਨਾਲ ਜਾ ਸਕਦਾ, ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਪੂਰਾ ਜਿਹੜੀ ਫੈਮਿਲੀ ਹੈ ਕਿ ਵੀ ਮੇਨ ਐਪਲੀਕੈਂਟ ਔਰ ਸਪਾਊਸ, ਇੱਕ ਬੱਚਾ ਜਾਂ ਦੋ ਬੱਚਾ, ਸਾਰਿਆਂ ਦਾ ਇਕੱਠਾ ਐਪਲੀਕੇਸ਼ਨ ਤੁਸੀਂ ਦਰਜ ਕਰ ਸਕਦੇ ਹੋ, ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਹੈ, ਕਿਉਂਕਿ ਉਹ ਕਾਨੂੰਨ ਹੱਕ ਹੈ। ਸ਼ਰਤ ਇੱਕ ਹੀ ਹੈ, ਜਿਹੜੇ ਸਪਾਊਸ ਦੇ ਨਾਲ ਜਾਂ ਪਰਿਵਾਰ ਦੇ ਨਾਲ ਜਾਣਾ ਚਾਹੁੰਦੇ ਹੈ, ਉਹਨਾਂ ਦੀ ਸ਼ਰਤ ਇਹ ਹੈ ਕਿ ਜਿਹੜਾ ਮੇਨ ਐਪਲੀਕੈਂਟ ਹੈ, ਜਿਹਨੇ ਪੜ੍ਹਾਈ ਕਰਨ ਲਈ ਜਾਣਾ, ਉਹਦੀ ਕੁਆਲੀਫਿਕੇਸ਼ਨ ਮਿਨੀਮਮ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਸਿਰਫ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਕਦੀ ਵੀ ਕਿਸੇ ਦੀਆਂ ਵੀ ਗੱਲਾਂ 'ਚ ਆ ਕੇ, ਬਾਰ੍ਹਵੀਂ ਜੇ ਪਾਸ ਹੋ, ਮੇਨ ਐਪਲੀਕੈਂਟ ਹੈ, ਬਾਰ੍ਹਵੀਂ ਪਾਸ ਹੈ ਜਾਂ GNM ਹੈ, ਐਂਡ ਤੁਸੀਂ ਇੱਥੋਂ ਅੱਗੇ ਬੈਚਲਰ ਡਿਗਰੀ ਕਰਨ ਲਈ ਜਾ ਪਾਓਗੇ, ਬੈਚਲਰ ਡਿਗਰੀ ਲਈ ਜੇਕਰ ਜਾ ਰਹੇ ਹੋ, ਤੇ ਵਿਆਹਿਆ ਬੰਦਾ ਬਿਲਕੁਲ ਨਾ ਜਾਵੇ, ਕਿਉਂਕਿ ਸਪਾਊਸ ਨੇ ਜਾ ਨਹੀਂ ਇਹ ਪਾਣਾ। ਜੇ ਸਪਾਊਸ ਕੋਲ ਆਲਰੇਡੀ ਆਪਣਾ ਟੂਰਿਸਟ ਵੀਜ਼ਾ ਹੈਗਾ, ਜਾਂ ਪਤਾ ਕਿ ਅਸੀਂ ਟੂਰਿਸਟ ਵੀਜ਼ਾ 'ਤੇ ਆਉਣ ਜਾਣ ਕਰ ਲਾਂਗੇ, ਰਹਿਣ ਨਾ ਕੋਈ ਮਤਲਬ ਨਹੀਂ ਹੈ, ਤਾਂ ਬਿਲਕੁਲ ਜਾਓ, ਕਿਉਂਕਿ ਜਿਹੜੇ ਬੰਦਿਆਂ ਨੇ ਬਾਰ੍ਹਵੀਂ ਕੀਤੀ ਹੈ, ਅੱਗੇ ਬੈਚਲਰ ਡਿਗਰੀ ਵਾਸਤੇ ਜਾ ਰਹੇ ਹੈ, ਸਪਾਊਸ ਨੂੰ ਟੂਰਿਸਟ ਵੀਜ਼ਾ ਮਿਲਣਾ, ਸਪਾਊਸ ਉੱਤੇ ਕੰਮ ਨਹੀਂ ਕਰ ਪਾਏਗਾ, ਔਰ ਨਾ ਹੀ ਇਹ ਆਸਟ੍ਰੇਲੀਆ ਜਾਂ ਕੈਨੇਡਾ ਵਕਨ, ਇਹਨੂੰ ਕੰਪੇਅਰ ਨਾ ਕਰਨਾ, ਕਿਉਂਕਿ ਟੂਰਿਸਟ ਵੀਜ਼ਾ ਉੱਥੇ ਜਾ ਕੇ ਵਧਣਾ ਬਿਲਕੁਲ ਨਹੀਂ ਹੈਗਾ, ਬਿਲਕੁਲ ਨਹੀਂ ਵਧਣਾ, ਮਤਲਬ ਬਿਲਕੁਲ ਨਹੀਂ ਵਧਣਾ, ਇਹ ਕਲੀਅਰ ਕੱਟ ਕਾਨੂੰਨ ਹੈ। ਟੂਰਿਸਟ ਵੀਜ਼ਾ 6 ਮਹੀਨੇ ਦਾ, ਆਪਣਾ ਘੁੰਮ ਕੇ ਆਪਣੀ ਬੀਵੀ ਨੂੰ ਮਿਲ ਕੇ ਵਾਪਸ ਆ ਸਕਦੇ ਹੋ, ਬੱਚੇ ਵੀ ਜੇਕਰ ਹੈ ਉਹਨਾਂ ਨੂੰ ਵੀ ਟੂਰਿਸਟ ਵੀਜ਼ਾ ਮਿਲਣਾ, ਅਤੇ ਹੋਰ ਕੁਛ ਨਹੀਂ ਹੈ, ਜਾਂ ਉੱਥੇ ਜਾ ਕੇ ਕੱਚੇ ਬਣ ਕੇ ਫੌਜੀ ਬਣ ਕੇ ਰਹਿਣਾ ਪੈਣਾ। ਸੋ ਮੇਰੀ ਸਾਰਿਆਂ ਨੂੰ ਇੱਕੋ ਚੀਜ਼ ਦੀ ਗੁਜ਼ਾਰਿਸ਼ ਹੈ, ਸਪਾਊਸ ਦੇ ਨਾਲ ਉਹੀ ਬੰਦਾ ਅਪਲਾਈ ਕਰੇ ਡਿਪੈਂਡੈਂਟ ਵੀਜ਼ਾ ਦੇ ਉੱਤੇ, ਜਿਹੜੇ ਬੰਦੇ ਦੀ ਮੇਨ ਐਪਲੀਕੈਂਟ ਦੀ ਪੜ੍ਹਾਈ ਲਿਖਾਈ ਗ੍ਰੈਜੂਏਸ਼ਨ ਹੈ। ਬਾਰ੍ਹਵੀਂ ਵਾਲਾ ਪਲੀਜ਼ ਇਹ ਵਾਲੇ ਸੁਪਨਿਆਂ ਦੇ ਵਿੱਚ ਨਾ ਸੋਚਣਾ। ਕਾਫੀ ਏਜੰਟ ਦੇ ਮੈਨੂੰ ਕੋਲ ਕੇਸਿਸ ਵੀ ਆਏ ਹੈ, ਉਹ ਭਾਜੀ ਜਿਹੜਾ ਹੈਗਾ ਵਾ ਕਿ ਫਲਾਣੇ ਏਜੰਟ ਨੇ ਕਿਹਾ ਜੀ ਕਿ ਵੀ ਸਪਾਊਸ ਬਾਅਦ 'ਚੋਂ ਚੱਲ ਜੂਗਾ, ਨਹੀਂ ਜਾ ਪਾਣਾ, ਸਿਰਫ ਟੂਰਿਸਟ ਵੀਜ਼ਾ ਲੱਗਣਾ, ਉਹ ਵੀ ਜੇ ਉਹਦੀ ਆਪਣੀ ਪ੍ਰੋਫਾਈਲ ਹੋਈ, ਉਹ ਅੱਜ ਵੀ ਲੱਗ ਸਕਦਾ, ਹੋਰ 'ਚ ਵਾਈਫ ਉੱਥੇ ਹੈਗੀ ਹੈ ਜਾਂ ਨਹੀਂ ਹੈਗੀ ਹੈ, ਕੋਈ ਫਰਕ ਨਹੀਂ ਪੈਂਦਾ ਹੈਗਾ। ਸੋ ਇਸ ਕਰਕੇ ਜਿਹੜਾ ਵਾ ਯੂਕੇ ਦੇ ਵਿੱਚ ਜਿਹੜਾ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ, ਜੇਕਰ ਸਪਾਊਸ ਨੇ ਨਾਲ ਜਾਣਾ ਡਿਪੈਂਡੈਂਟ ਵੀਜ਼ਾ 'ਤੇ ਨਾਲ ਜਾਣਾ, ਅਤੇ ਮੇਨ ਐਪਲੀਕੈਂਟ ਦੀ ਪੜ੍ਹਾਈ ਲਿਖਾਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਹੋਰ ਕੁਛ ਨਹੀਂ ਹੋਣੀ ਚਾਹੀਦੀ। ਸੋ ਕੋਈ ਵੀ ਐਪਲੀਕੈਂਟ ਜਿਨ੍ਹਾਂ ਨੇ 2016 'ਚ ਬਾਰ੍ਹਵੀਂ ਕੀਤੀ ਹੈ, ਜਾਂ 2009 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ, 2010 'ਚ ਗ੍ਰੈਜੂਏਸ਼ਨ ਕੀਤੀ ਹੈ, 2012 'ਚ ਗ੍ਰੈਜੂਏਸ਼ਨ ਕੀਤੀ ਹੈ, ਅੱਜ 7 ਸਾਲ ਹੋ ਗਏ ਪੜ੍ਹਾਈ ਛੱਡੇ, ਉਹ ਵੀ ਅਪਲਾਈ ਕਰ ਸਕਦੇ ਹੈ। ਸਿਰਫ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ 10 ਸਾਲ, 12 ਸਾਲ, 15 ਸਾਲ ਦਾ ਵੀ ਜੇਕਰ ਬ੍ਰੇਕ ਹੈ, ਤਦ ਵੀ ਤੁਸੀਂ ਯੂਕੇ ਪੜ੍ਹਨ ਵਾਸਤੇ ਜਾ ਸਕਦੇ ਹੋ, ਔਰ ਆਪਣੇ ਸਪਾਊਸ ਨੂੰ ਆਪਣੇ ਨਾਲ ਡਿਪੈਂਡੈਂਟ ਵੀਜ਼ੇ 'ਤੇ ਲੈ ਕੇ ਜਾ ਸਕਦੇ ਹੋ, ਬੱਚੇ ਹੈ, ਬੱਚੇ ਵੀ ਨਾਲ ਜਾ ਸਕਦੇ ਹੈਗੇ ਹੈ। ਸੋ ਉਹ ਵੀ ਡਿਪੈਂਡੈਂਟ ਵੀਜ਼ੇ 'ਤੇ ਜਾਣਗੇ, ਤਾਂ ਜੋ ਉੱਥੇ ਜਾ ਕੇ ਉਹ ਆਪ ਵੀ ਪੜ੍ਹ ਸਕਣ, ਅਤੇ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਆ ਉਹ ਵੀ ਉਹਨਾਂ ਨੂੰ ਮਿਲ ਸਕਣ। ਬਟ ਜੇ ਮੇਨ ਐਪਲੀਕੈਂਟ ਦੀ ਪੜ੍ਹਾਈ ਲਿਖਾਈ 12ਵੀਂ ਹੈ,
ਵਿਆਹੋ ਤੇ ਬਿਲਕੁਲ ਕਾਂਟਾ ਮਾਰ ਦਿਓ, ਯੂਕੇ ਇਜ਼ ਨੋਟ ਦਾ ਰਾਈਟ ਡੈਸਟੀਨੇਸ਼ਨ ਫੋਰ ਯੂ। ਫਿਰ ਤੁਸੀਂ ਕੈਨੇਡਾ ਵਾਲੇ ਬੰਨੇ ਚਲ ਜਾਓ, ਕਿਉਂਕਿ ਉੱਥੇ ਪਤਾ ਕਿ ਵੀ 6-8 ਮਹੀਨੇ ਬਾਅਦ ਸਪਾਊਸ ਓਪਨ ਵਰਕ ਪਰਮਿਟ ਤੇ ਆ ਜਾਏਗਾ। ਜੇਕਰ ਅੱਜ ਕਰੀਏ ਗੱਲ ਬਾਹਰ ਜਾਣ ਦੀ, ਹਰ ਕੋਈ ਬੰਦਾ ਬਾਹਰ ਜਾਣ ਦੀ ਗੱਲ ਕਰਦਾ, ਹਰ ਕੋਈ ਬਾਹਰ ਜਾਣਾ ਚਾਹੁੰਦਾ ਹੈ, ਕਿ ਹਰ ਕੋਈ ਬੰਦਾ ਜਾ ਪਾਉਂਦਾ, ਹਰ ਕੋਈ ਬੰਦਾ ਨਹੀਂ ਜਾ ਪਾਉਂਦਾ। ਉਹਦਾ ਰੀਜ਼ਨ ਸਿਰਫ ਇੱਕ ਹੀ ਹੈ, ਨਾ ਜਾਣ ਦਾ, ਕਿ ਆਪਣੀ ਪ੍ਰੋਫਾਈਲ ਚੈੱਕ ਕੀਤੇ ਬਿਨਾਂ, ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਕਿਹੜੀ ਕੰਟਰੀ ਤੁਹਾਡੀ ਪ੍ਰੋਫਾਈਲ ਨੂੰ ਐਕਸੈਪਟ ਕਰਦੀ ਹੈ ਜਾਂ ਸੂਟੇਬਲ ਹੈ ਤੁਹਾਡੀਆਂ ਰਿਕੁਆਇਰਮੈਂਟਸ ਨੂੰ ਲੈ ਕਰਕੇ। ਜਦੋਂ ਅਸੀਂ ਉਹ ਚੀਜ਼ ਨਹੀਂ ਚੈੱਕ ਕੀਤੀ ਤਾਂ ਸਿਰਫ ਜਿਸ ਚੀਜ਼ ਦੀ ਐਡ ਜ਼ਿਆਦਾ ਉੱਧਰ ਵਾਲੇ ਬੰਨੇ, ਅਸੀਂ ਤੁਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਮੂੰਹ ਦੇ ਭਾਰ ਡਿੱਗ ਦੇਗੇ ਹਾਂ। ਇਹੀ ਰੀਜ਼ਨ ਹੈ ਕਿ ਵੀ ਜੇਕਰ ਅੱਜ 10 ਲੱਖ ਤੋਂ ਉੱਤੇ ਬੰਦਾ ਹਰ ਸਾਲ ਆਇਲਸ ਬੈਠ ਰਿਹਾ ਹੈ, ਮੈਂ ਨਹੀਂ ਬੋਲ ਰਿਹਾ, ਇਹ IDP, ਬ੍ਰਿਟਿਸ਼ ਕਾਉਂਸਲ, PTE ਦੇ ਅੰਕੜੇ ਬੋਲਦੇ ਆ, ਇਕੱਠਾ ਕਰਕੇ ਸਾਰਿਆਂ ਦਾ ਕਲੱਬ ਕਰ ਲਓ, 10 ਲੱਖ ਤੋਂ ਉੱਤੇ ਬੰਦਾ ਆਇਲਸ ਹਰ ਸਾਲ ਕਰ ਰਿਹਾ ਇੱਥੇ ਪੰਜਾਬ ਦੇ ਵਿੱਚੋਂ, ਅਤੇ ਅੰਬੈਸੀਆਂ ਦੇ ਅੰਕੜੇ ਕਢਾ ਕੇ ਦੇਖ ਲਓ, 3.5 ਤੋਂ 4 ਲੱਖ ਬੰਦਾ ਟੋਟਲ ਹੀ, ਮੈਂ ਕਹਿ ਰਿਹਾ ਟੋਟਲ, ਇੰਨਾ ਵੀ ਬਾਹਰ ਨਹੀਂ ਜਾ ਰਿਹਾ। ਸੋ ਬਾਕੀ ਬੰਦੇ ਕੀ ਕਰ ਰਹੇ ਆ, ਬਾਕੀ 5-6 ਲੱਖ ਬੰਦੇ ਨਾਲ ਕੀ ਹੁੰਦਾ, ਉਹ ਹਾਰ ਕੇ ਕਿਸਮਤ ਨੂੰ ਕੋਸ ਦਿੰਦੇ ਆ, ਏਜੰਟ ਨੂੰ ਕੋਸ ਦਿੰਦੇ ਆ, ਅਤੇ ਜਾਂ ਦੂਜਿਆਂ ਨੂੰ ਵੇਖ ਵੇਖ ਕੇ ਸੜਦੇ ਰਹਿੰਦੇ ਆ। ਬਟ ਕੀ ਇਸ ਚੀਜ਼ 'ਚ ਉਹਨਾਂ ਦੀ ਗਲਤੀ ਹੈ? ਸਿਰਫ 2 ਚੀਜ਼ਾਂ ਦੀ ਗਲਤੀ ਹੈ। ਪਹਿਲੀ ਗਲਤੀ, ਆਪਣੀ ਜੋ ਤੁਹਾਡੀ ਪ੍ਰੋਫਾਈਲ ਹੈ ਅਤੇ ਕਿੱਥੇ ਜਾਣਾ ਚਾਹੁੰਦੇ ਹੋ, ਉਹ ਚਾਹੁਣ ਨੂੰ ਡਿਲੀਟ ਕਰ ਦਿਓ। ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਕਿੱਥੇ ਜਾ ਕੇ ਬੈਟਰ ਫਿਊਚਰ ਮਿਲ ਸਕਦਾ, ਜੇ ਉਹ ਵਾਲੀ ਡਾਇਰੈਕਸ਼ਨ ਅਲਾਈਨਡ ਹੋ ਕਰਕੇ ਅਪਲਾਈ ਕਰੋਗੇ ਤਾਂ ਵੀਜ਼ਾ ਲੱਗਣ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੁੰਦੀ ਹੈ, ਐਂਡ ਪਲੱਸ ਤੁਹਾਡੀਆਂ ਡਿਜ਼ਾਇਰਸ ਪੂਰੀਆਂ ਹੋ ਸਕਦੀਆਂ। ਦੂਜੀ ਸਭ ਤੋਂ ਵੱਡੀ ਗਲਤੀ ਕਿ ਵੀ ਜਿਹੜਾ 10 ਲੱਖ ਬੰਦਾ ਜਿਹੜਾ ਆਇਲਸ PTE ਹਰ ਸਾਲ ਕਰਦਾ ਹੈ ਇੱਥੋਂ ਪੰਜਾਬ ਦੇ ਵਿੱਚੋਂ, ਉਹ 'ਚੋਂ ਸਾਰੇ 3-3.5 ਮੈਕਸੀਮਮ 4 ਲੱਖ ਬੰਦਾ ਬਾਹਰ ਜਾ ਪਾ ਰਿਹਾ। ਉਹਦਾ ਰੀਜ਼ਨ ਇੱਕੋ ਹੈ, ਆ ਪਰਚੀ ਕਟਾਉਣਾ। ਜਦੋਂ ਤੁਸੀਂ ਐਡਵਾਂਸ ਪੈਸੇ ਕਿਸੇ ਵੀ ਏਜੰਟ ਨੂੰ 5,000, 10,000, 20,000, 25,000 ਉਹਦੀਆਂ ਲੱਲੋ ਭੱਬੋ ਸੁਣ ਕੇ ਦੇ ਦਿੰਦੇ ਹੋ, ਅਤੇ ਤੁਹਾਡਾ ਵੀਜ਼ਾ ਲੱਗਦਾ, ਲੱਗੇ ਨਹੀਂ ਲੱਗਦਾ, ਖਸਮਣ ਖਾਵੇ, ਏਜੰਟ ਦਾ ਤਾਂ ਖਰਚਾ ਨਿਕਲ ਗਿਆ ਨਾ, ਕਿਉਂਕਿ ਏਜੰਟ ਨੂੰ ਤੁਹਾਡੇ ਵੀਜ਼ੇ ਲੱਗਣ ਜਾਂ ਨਾ ਲੱਗਣ ਕੋਈ ਫਰਕ ਨਹੀਂ ਪੈਣਾ, ਲੱਗੂਗਾ ਤਾਂ ਉਹਨੂੰ ਹੋਰ ਕਮਾਈ ਹੋ ਜਾਏਗੀ, ਜੇ ਨਹੀਂ ਲੱਗੇਗਾ ਉਹਦਾ ਖਰਚਾ ਤਾਂ ਨਿਕਲ ਗਿਆ, ਉਹਦਾ ਖਰਚਾ ਐਡ ਕਰਨ ਦਾ, ਉਹਦਾ ਖਰਚਾ ਇਲੈਕਟ੍ਰੀਸਿਟੀ ਦਾ, ਉਹਦੇ ਦਫ਼ਤਰ ਦਾ ਰੈਂਟ, ਉਹਦੀਆਂ ਬੀਬੀਆਂ ਦੀਆਂ ਸੈਲਰੀ, ਉਹ ਸਭ ਕੁਛ ਨਿਕਲ ਜਾਂਦਾ। ਜਦੋਂ ਤੁਸੀਂ 25,000, 10,000, 5,000 ਜਿੰਨੇ ਦੀ ਵੀ ਪਰਚੀ ਕਟਾਉਂਦੇ ਹੋ ਕਿ ਵੀ ਤੁਹਾਨੂੰ ਤੁਹਾਡੇ ਵੱਲੋਂ ਪਰਚੀ ਕਟਾਈ ਅਗਲੇ ਬੰਦਿਆਂ ਦਾ, ਅਤੇ ਕਹਿ ਲਓ ਦਿਹਾੜੀ ਪੈ ਜਾਂਦੀ ਹੈ, ਉਹਨਾਂ ਦੇ ਟਾਰਗੇਟ ਹੁੰਦੇ 20 ਫਾਈਲਾਂ ਰੋਜ਼ ਦੀਆਂ ਖੋਲ੍ਹਣੀਆਂ ਜੀ, ਮਲਟੀਪਲਾਈ ਬਾਏ 10,000 ਕਰ ਲਓ, 2-2.5 ਲੱਖ ਰੁਪਏ ਦੀ ਦਿਹਾੜੀ ਪੈ ਜਾਂਦੀ ਹੈ। ਜੇ ਕੋਈ 25,000 ਰੁਪਇਆ, 30,000 ਰੁਪਇਆ ਲੈਂਦਾ ਅਤੇ ਉਹਨੂੰ ਮਲਟੀਪਲਾਈ ਕਰ ਲਓ 20 ਦੇ ਨਾਲ, ਤਦ ਵੀ ਅਗਲਿਆਂ ਦੀ ਦਿਹਾੜੀ 5-6 ਲੱਖ ਦੀ ਪੈ ਜਾਂਦੀ, ਅਗਲੇ ਮੌਜਾਂ ਮਾਣਦੇ। ਸੋ ਵੀਜ਼ਾ ਨਹੀਂ ਵੀ ਲੱਗਦਾ ਤਦ ਵੀ ਕੋਈ ਫਰਕ ਨਹੀਂ ਹੈ। ਸੋ ਵੀਜ਼ਾ ਤਦੇ ਲੱਗਦਾ, ਵੀਜ਼ਾ ਲੱਗਣ ਦਾ ਜਾਂ ਨਾ ਲੱਗਣ ਦਾ ਫਰਕ ਸਿਰਫ ਉਸ ਕੰਸਲਟੈਂਟ ਨੂੰ ਹੁੰਦਾ ਜਿਹਦੀ ਆਪਣੀ ਜੇਬ 'ਚੋਂ ਪੈਸੇ ਲੱਗੇ ਹੁੰਦੇ ਆ। ਪ੍ਰੋਬਲਮ ਇਸ ਇੰਡਸਟਰੀ ਦੀ ਇਹ ਹੈਗੀ ਹੈ ਕਿ ਇਹ 'ਚੋਂ ਪੈਸੇ ਕਮਾ ਕੇ ਵੱਡੀਆਂ ਵੱਡੀਆਂ ਪ੍ਰੋਪਰਟੀਆਂ, ਵੱਡੀਆਂ ਵੱਡੀਆਂ ਗੱਡੀਆਂ ਲਿੱਤੀਆਂ ਜਾਂਦੀਆਂ ਆਪਣੀ ਇੰਜੋਇਮੈਂਟ ਵਾਸਤੇ, ਆਪਣਾ ਸਟੇਟਸ ਵੱਡਾ ਵਹਾਉਣ ਵਾਸਤੇ। ਔਰ ਆਪ ਇਸੇ ਇੰਡਸਟਰੀ 'ਚੋਂ ਪੈਸੇ ਕਮਾ ਕੇ ਜੇ ਦੁਬਾਰਾ ਇਸੇ ਇੰਡਸਟਰੀ 'ਚ ਇਨਵੈਸਟ ਕਰ ਦਈਏ, ਤਾਂ ਮੇਰਾ ਖਿਆਲ ਆ ਜਿਹੜਾ 10 ਲੱਖ ਬੰਦਾ ਜਿਹੜਾ ਆਇਲਸ PTE ਕਰ ਰਿਹਾ ਵਾ, ਇਹਨਾਂ ਦਾ ਸਕਸੈਸ ਰੇਟ ਅੱਜ ਜਿੰਨਾ ਹੈਗਾ ਵਾ 30-35-40% ਓਵਰਆਲ ਪੰਜਾਬ ਦਾ ਸਕਸੈਸ ਰੇਟ ਹੈ। ਜੇਕਰ ਸਾਰੀਆਂ ਕੰਟਰੀਆਂ ਨੂੰ ਇਕੱਠਾ ਕਰ ਲਈਏ, ਇਹ ਸਕਸੈਸ ਰੇਟ 80-90% 'ਤੇ ਆ ਜਾਏਗਾ। ਜਾਂ ਫਿਰ ਜਿੱਧਰ ਪਰਚੀ ਕਟਾਉਣੀ ਆਪ ਬੰਦ ਕਰ ਦੋਗੇ, ਉੱਦਣ ਤੁਹਾਨੂੰ ਇਹ ਪਤਾ ਲੱਗ ਜੂਗਾ ਜੇ ਬੰਦੇ ਨੇ ਨਾ ਕਰਤੀ, ਮੇਰਾ ਨਹੀਂ ਉਹ, ਮੈਂ ਨਹੀਂ ਤੁਹਾਡਾ ਕੇਸ ਲੈ ਸਕਦਾ, ਮਤਲਬ ਮੇਰੇ ਕੇਸ 'ਚ ਕੋਈ ਪ੍ਰੋਬਲਮ ਹੈ, ਜਾਂ ਮੇਰੀ ਪ੍ਰੋਫਾਈਲ ਦੇ ਅਕੋਰਡਿੰਗ ਮੈਂ ਮੰਗਦਾ ਜ਼ਿਆਦਾ ਪਿਆ ਕਿ ਜਿਹੜਾ ਨਹੀਂ ਹੋਣਾ। ਆਮ ਤੌਰ 'ਤੇ ਕੀ ਦੇਖਿਆ ਜਾਂਦਾ ਕਿ ਤੁਸੀਂ ਆਪਣੀ ਜਦੋਂ ਪ੍ਰੋਫਾਈਲ ਦੇਣੀ ਆ ਉਦੋਂ ਤੁਹਾਨੂੰ ਕਿਹਾ ਜਾਂਦਾ, ਉਹ ਹਾਂਜੀ ਸਰ ਆਪਕਾ ਤੋਂ ਪੱਕਾ ਹੋ ਜਾਏਗਾ, ਸਰ ਆਪਕੇ ਜੈਸੇ ਤੋਂ ਬੜੇ ਔਰ ਕੇਸਿਸ ਕੇ ਹਮਨੇ ਵੀਜ਼ਾ ਲਗਵਾਏ ਹੈ, ਸਰ ਕੋਈ ਪ੍ਰੋਬਲਮ ਹੀ ਨਹੀਂ ਹੈ, ਸਰ ਅਭੀ ਬੰਦਾ ਉੱਠ ਕੇ ਗਿਆ, ਉਸਕਾ ਵੀਜ਼ਾ ਲੱਗ ਗਿਆ ਤਾਂ ਸੇਮ ਆਪਕੇ ਜੈਸੀ ਪ੍ਰੋਫਾਈਲ ਤੀ। ਬੰਦਾ ਕਹਿੰਦਾ ਚੱਲ ਯਾਰ ਠੀਕ ਹੈ, ਫਿਰ ਨਾਲ ਕੰਪਿਊਟਰ ਹੀ ਵਹਾ ਦਿੰਦੇ ਆ, ਚਾਹ ਦੇਖੋ ਭਾਅ ਜੀ ਆਹ ਫਲਾਣੇ ਬੰਦੇ ਦਾ ਵੀਜ਼ਾ ਲੱਗਾ। ਬੰਦਾ ਕਹਿੰਦਾ ਯਾਰ ਇਹ ਸ਼ਕਲ ਦੇਖ, ਇਹਦਾ ਵੀਜ਼ਾ ਲੱਗ ਗਿਆ ਤਾਂ ਮੇਰਾ ਤਾਂ ਲੱਗ ਹੀ ਜਾਣਾ, ਕੋਈ ਪ੍ਰੋਬਲਮ ਨਹੀਂ ਮੈਡਮ ਜੀ, ਤੁਸੀਂ ਅਪਲਾਈ ਕਰੋ 10-20 ਹਜ਼ਾਰ ਦੀ ਕੋਈ ਗੱਲ ਨਹੀਂ, ਬਸ ਵੀਜ਼ਾ ਲੱਗ ਜੇ। ਅਤੇ ਜਦੋਂ ਵੀਜ਼ਾ ਨਹੀਂ ਲੱਗਦਾ ਫਿਰ ਮੈਡਮ ਆਉਂਦਾ, ਸਰ ਫੋਨ ਆਉਂਦਾ, ਸਰ ਆਪਕਾ ਵੀਜ਼ਾ ਨਹੀਂ ਲੱਗਾ, ਕਿਉਂਕਿ ਆਪਕੋ ਤਾਂ ਪਤਾ ਹੀ ਅੱਜ ਕੱਲ੍ਹ ਨਿਊਜ਼ ਮੇ ਵੀ ਆ ਰਿਹਾ ਹੈ ਕਿ ਵੀ ਰੈਗੂਲੇਸ਼ਨ ਚੇਂਜ ਹੋ ਗਈ ਹੈ, ਸਰ ਕੱਲ੍ਹ ਹਮਾਰੇ ਸਰ ਨੇ ਵੀ ਬੋਲਾ ਤਾ ਕਿ ਰੈਗੂਲੇਸ਼ਨ ਚੇਂਜ ਹੋ ਗਈ ਹੈ, ਤੋ ਸਰ ਅਭੀ ਵੀਜ਼ਾ ਨਹੀਂ ਆਇਆ। ਅੱਛਾ, ਬੰਦਾ ਕਹਿੰਦਾ ਹੁਣ ਕੀ ਕਰੀਏ ਜੀ, ਐਂਡ ਫਿਰ ਉਸ ਟਾਈਮ ਦੇ ਉੱਤੇ ਬੰਦੇ ਲਈ ਉਹਦੀ ਦੁਨੀਆ ਖਤਮ ਹੁੰਦੀ ਹੈ।
ਜੇਕਰ ਉਸੇ ਏਜੰਟ ਨੇ ਪਰਚੀ ਨਾ ਕੱਟ ਕੇ ਆਪਣੇ ਕੋਲੋਂ ਪੈਸੇ ਲਾਏ ਹੋਣ ਤਾਂ ਬੰਦਾ ਏਜੰਟ ਅੱਗੋਂ ਤਰਲੇ ਮਾਰਦਾ ਇਸ ਚੀਜ਼ ਨੂੰ ਕਿ ਭਾਈ ਤੇਰੀ ਐਪਲੀਕੇਸ਼ਨ ਰਿਜੈਕਟ ਹੋਈ ਹੈ ਬਟ ਮੈਂ ਵਾਪਸ ਨਹੀਂ ਮੋੜਦੀ, ਮੈਂ ਦੁਬਾਰਾ ਐਪਲੀਕੇਸ਼ਨ ਦਰਜ ਕਰਨੀ ਕਿਉਂਕਿ ਮੈਨੂੰ ਪਤਾ ਮੈਂ ਤੇਰਾ ਵੀਜ਼ਾ ਲੈ ਸਕਦਾ। ਸੋ ਏਡਾ ਕੀ ਫਰਕ ਹੈ। ਸੋ ਯੂਕੇ ਬਾਰੇ ਤੁਹਾਨੂੰ ਦੱਸਤਾ, ਓਵਰਆਲ ਪੰਜਾਬ ਦੇ ਜਿਹੜੇ ਅੱਜ ਦੀ ਡੇਟ 'ਚ ਜਿੱਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਉਹਦੇ ਬਾਰੇ ਕਾਫੀ ਦੇਰ ਤੋਂ ਦੱਸ ਵੀ ਰਿਹਾ ਐਂਡ ਬਹੁਤ ਖੁਸ਼ੀ ਵੀ ਹੋ ਰਹੀ ਹੈ ਇਹ ਚੀਜ਼ ਦੇਖ ਕਰਕੇ। ਜਿਹੜੇ ਲੋਕ ਬਹੁਤ ਗਰਜ ਗਰਜ ਕੇ ਸ਼ੁਰੂ 'ਚ ਕ੍ਰਿਟਿਸਾਈਜ਼ ਕਰਦੇ ਸੀ, ਉਹ ਜੀ ਆਪਾਂ ਤਾਂ 5,000 ਲੈਣੇ ਹੀ ਲੈਣੇ ਆ ਜੀ, ਅਸੀਂ 10,000 ਲੈਣੇ, ਅੱਜ ਉਹਨਾਂ ਦੇ ਵੀ ਦਫ਼ਤਰਾਂ ਦੇ ਬੋਰਡ ਚੇਂਜ ਹੋ ਗਏ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ। ਸੋ ਉਸ ਚੀਜ਼ ਲਈ ਕਹਿ ਲਓ ਨਾ ਕਿ ਵੀ ਬਹੁਤ 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 ਧੰਨਵਾਦ ਤੁਹਾਡੇ ਸਾਰਿਆਂ ਦਾ। ਮੈਂ ਕੁਛ ਨਹੀਂ, ਮੈਂ ਕਿਸੇ ਦੇ ਖਿਲਾਫ ਨਹੀਂ, ਕਿਸੇ ਦੇ ਅਗੇਂਸਟ ਨਹੀਂ, ਨਾ ਕਿਸੇ ਤੋਂ ਮੈਨੂੰ ਕੋਈ ਪ੍ਰੋਬਲਮ ਹੈ। ਸਾਰੇ ਜਣੇ ਆਪਣਾ ਕੰਮ ਕਰਦੇ, ਵਧੀਆ ਕਰਦੇ, ਸਾਰੇ ਕਰੀ ਚੱਲ। ਮੈਨੂੰ ਪ੍ਰੋਬਲਮ ਸਿਰਫ ਇੱਕੋ ਚੀਜ਼ ਤੋਂ ਹੈਗੀ ਹੈ, ਉਹ ਪ੍ਰੋਬਲਮ ਹੈ ਕਿ ਜਦੋਂ ਕਿਸੇ ਬੰਦੇ ਦਾ ਵੀਜ਼ਾ ਨਹੀਂ ਲੱਗਦਾ, ਉਹਦਾ 3-4 ਲੱਖ ਜਦੋਂ ਖਰਾਬ ਹੋ ਜਾਂਦਾ ਨਾ, ਕਦੀ ਪਿੰਡ 'ਚ ਇੱਕ ਰਾਤ ਰਹਿ ਕੇ ਦੇਖੋ, ਪਤਾ ਲੱਗ ਜੂਗਾ ਕਿ ਵੀ ਉਹ 4 ਲੱਖ ਜਾਂ 3 ਲੱਖ ਜਿਹੜੇ ਬਾਪੂ ਦਾ ਖਰਾਬ ਹੋਇਆ ਨਾ, ਉਹਨੇ ਵਿਚਾਰੇ ਨੇ ਇੱਥੇ ਪੂਰੇ ਕਿੱਦਾਂ ਕਰਨੇ ਆ, ਜਾਂ ਉਹਨੇ ਕਿੰਨੇ ਹੀ ਦੇਰ ਤੋਂ ਇਹ ਪੈਸੇ ਜੋੜੇ ਹੋਣੇ ਆ ਕਿ ਜਿਹੜਾ ਉਹਦਾ ਲੱਕ ਟੁੱਟ ਗਿਆ, ਉਹ ਆਪਣੀ ਅਣਖ ਦੇ ਚੱਕਰ 'ਚ ਸਿਰਫ ਬੋਲਦਾ ਨਹੀਂ। ਅਦਰਵਾਈਜ਼ ਹਾਲ ਉਹਦਾ ਉਸ ਜੱਟ ਦਾ ਬਹੁਤ ਬੁਰਾ ਹੈ ਕਿ ਜਿਹੜੇ ਮੁੰਡੇ ਦਾ ਵੀਜ਼ਾ ਵੀ ਰਿਜੈਕਟ ਹੋ ਗਿਆ ਔਰ 2.5-3 ਲੱਖ ਰੁਪਈਆ ਵੀ ਖਰਾਬ ਹੋ ਗਿਆ। ਸੋ ਸਿਰਫ ਮੈਂ ਖਿਲਾਫ਼ ਉਸ ਚੀਜ਼ ਦਿਆਂ ਕਿਉਂਕਿ ਇਹ ਇੰਡਸਟਰੀ ਨੇ ਹੀ ਮੈਨੂੰ ਸਭ ਕੁਝ ਦਿੱਤਾ ਔਰ ਇਸ ਇੰਡਸਟਰੀ ਦੇ ਕਦੀ ਇਸ ਇੰਡਸਟਰੀ ਲਈ ਮੈਂ ਮਾੜਾ ਨਹੀਂ ਮੰਗ ਸਕਦਾ, ਹਮੇਸ਼ਾ ਚੰਗਾ ਹੀ ਮੰਗਾਂਗਾ। ਇਹੀ ਕਹਾਂਗਾ ਕਿ ਜਿਹੜੇ ਅੱਜ ਨਵੇਂ ਮੁੰਡੇ ਇਸ ਫੀਲਡ ਦੇ ਵਿੱਚ ਆ ਰਹੇ, ਬਹੁਤ 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 ਤਰੱਕੀਆਂ ਕਰਨ ਬਟ ਇੰਟੈਂਸ਼ਨ ਕਲੀਅਰ ਰੱਖਣ, ਕਿਉਂਕਿ ਨੀਤਾਂ ਨੂੰ ਮੁਰਾਦਾਂ ਹੁੰਦੀਆਂ। ਜੇਕਰ ਆਪਣਾ ਕਾਰੋਬਾਰ ਵੀਜ਼ੇ ਲਵਾਉਣ ਦਾ ਕਿ ਵੀਜ਼ੇ ਲਵਾਵਾਂਗੇ ਅਤੇ ਪੈਸੇ ਲਵਾਂਗੇ, ਪਰਮਾਤਮਾ ਦੀ ਆਪਣੇ ਆਪ ਹੀ ਬੜੀ ਬਖਸ਼ਿਸ਼ ਹੋਣੀ ਹੈ, ਬਹੁਤ ਸਾਰੀਆਂ ਸੀਸਾਂ ਇਕੱਠੀਆਂ ਹੋਣੀਆਂ। ਸੋ ਧੜੱਲੇ ਨਾਲ ਕਹਿ ਲਓ ਕਿ ਵੀ ਪੂਰਾ ਇੰਟੈਂਸ਼ਨਸ ਕਲੀਅਰ ਕਰਕੇ ਜਿਹੜੇ ਬੰਦੇ ਕੰਮ ਕਰ ਰਹੇ ਆ, ਉਹ ਕਦੀ ਵੀ ਇਸ ਇੰਡਸਟਰੀ 'ਚ ਡਾਊਨ ਨਹੀਂ ਆਣਗੇ, ਅੱਗੇ ਜਾ ਕੇ ਰਾਈਜ਼ ਹੀ ਕਰਨਗੇ। ਜਿਨ੍ਹਾਂ ਦੀਆਂ ਇੰਟੈਂਸ਼ਨਾਂ ਮਾੜੀਆਂ, ਆਪ ਕਦੀ ਕਲਾਇੰਟ ਨੂੰ ਮਿਲੇ ਵੀ ਨਹੀਂ, ਆਪ ਕਦੀ ਪਿੰਡਾਂ ਦੇ ਹਾਲਾਤਾਂ 'ਚ ਵਿਚਰੇ ਵੀ ਨਹੀਂ, ਇੱਕ ਰਾਤ ਵੀ ਨਹੀਂ ਰਹਿ ਕੇ ਗੁਜ਼ਾਰੀ ਹੋਣੀ, ਰਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਉਹਨਾਂ ਵਿਚਾਰਿਆਂ ਨੂੰ ਵੀ, ਉਹਨਾਂ ਦੀ ਵੀ ਗਲਤੀ ਨਹੀਂ, ਉਹਨਾਂ ਨੂੰ ਵੀ ਇਹ ਚੀਜ਼ਾਂ ਬਾਰੇ ਨਹੀਂ ਪਤਾ। ਸੋ ਆਪਾਂ ਜ਼ਿਆਦਾ ਇਹਨੂੰ ਡਿਟੇਲ 'ਚ ਨਾ ਜਾਂਦੇ ਹੋਏ ਮੈਂ ਦੁਬਾਰਾ ਯੂਕੇ ਦੇ ਮੁੱਦੇ ਦੇ ਉੱਤੇ ਆ ਜਾਂਦਾ। ਸੋ 30 ਪੁਆਇੰਟ ਅਤੇ 10 ਪੁਆਇੰਟ 40 ਪੁਆਇੰਟ ਇਜ਼ ਇਕੁਅਲ ਟੂ ਵੀਜ਼ਾ। ਕਿਤੋਂ ਵੀ ਆਪਣੀ ਐਪਲੀਕੇਸ਼ਨ ਦਰਜ ਕਰੋ, ਕੋਈ ਸਮੱਸਿਆ ਨਹੀਂ ਹੈ, ਚਾਹੇ ESS ਤੋਂ ਕਰੋ, ਕਿਤੋਂ ਵੀ ਕਰੋ, ਬਟ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੈ। ਜਿੱਥੋਂ ਤੁਹਾਨੂੰ ਇਹ ਫੈਸਿਲਿਟੀ ਮਿਲਦੀ ਹੈ ਕਿ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕਿਤੋਂ ਵੀ ਅਪਲਾਈ ਕਰ ਦਿਓ, ਤੁਹਾਡੇ ਘਰ ਦੇ ਨੇੜੇ ਜਿਹੜਾ ਵੀ ਬੰਦਾ ਜਿਹੜਾ ਵੀ ਸ਼ਹਿਰ ਪੈਂਦਾ ਵਾ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ ਜੀ।